फिल्म आ रही है पंजाबी सराबा, शहीद करतार सिंह सराबा के जीवन से फिल्म बनी है। करतार सिंह पुत्र मंगल सिंह जट पिंड सराबा। फिल्म के डायरेक्टर कविराज जी जिहड़े साडे नाल मौजूद ने, उन्हां नूं पुछदे आ भी इस फिल्म विच किहड़ी इन्नी वड्डी गल है भी थां थां ते इसकी चर्चा हो रही है। अमरीका तो लैके ब्रिटिश इंडिया की धरती तक कोई इदां दी कारवाई ते जुर्म नहीं जिहदे विच तेरा नाम शामिल है। 19 साल की उम्र च शहीदी पा दिंदा, ब्रिटिशर्स नूं हैंग कर दिंदे आ। ये एड्डी बड़ी कुर्बानी साढ़े किते साढ़े इतिहास ते साढ़ी हिस्ट्री च किते नहीं। फ्रॉम ब्रिटिश इंडिया पंजाब India, my country. British India, not your India. Producer ਜਿਹੜਾ ਆ ਉਹ ਸਭ ਤੋਂ ਪਹਿਲਾਂ ਦੇਖਦਾ ਵੀ ਲੋਕ ਕੀ ਦੇਖਣਾ ਪਸੰਦ ਕਰਦੇ ਆ, ਮੇਰਾ ਮਾਲ ਕਿਵੇਂ ਵਿਕੂਗਾ, ਕਿਉਂਕਿ ਸਾਰਾ ਕਮਰਸ਼ੀਅਲ ਹੋ ਗਿਆ, ਗਲੈਮਰ ਦੀ ਦੁਨੀਆ ਆ। ਤੁਸੀਂ ਉਹ ਸਾਰੇ ਤੋਂ ਹਟ ਕੇ ਸਰਾਬੇ ਨੂੰ ਕਿਵੇਂ ਯਾਦ ਕਰਦੇ? ਇਹ ਲਹਿਰ ਗਦਰ ਲਹਿਰ ਆਜ਼ਾਦੀ ਦੀ ਲਲਕਾਰ ਬਣ ਕੇ ਹੁਣ ਫਰੰਗੀਆਂ ਦੇ ਕੰਨਾਂ ਦੇ ਵਿੱਚ ਗੂੰਜੇਗੀ। ਲਿਖ ਰਹੇ ਸੀ ਜਦੋਂ ਉਹਦੇ 'ਤੇ ਕੰਮ ਕਰ ਰਹੇ ਸੀ, ਸ਼ੂਟਿੰਗ ਹੋ ਰਹੀ ਸੀ, ਇਸ ਸਾਰੇ ਦੌਰ ਦੌਰਾਨ ਕੋਈ ਇੱਦਾਂ ਦਾ ਤੁਹਾਨੂੰ ਪਲ ਯਾਦ ਹੋਵੇ ਜਿਹਦੇ 'ਚ ਤੁਹਾਨੂੰ ਪ੍ਰਾਊਡ ਹੁੰਦਾ ਹੋਵੇ ਵੀ ਜੇ ਕਰਤਾਰ ਸਿੰਘ ਸਰਾਭਾ ਨੇ ਸ਼ਹੀਦੀ ਦਿੱਤੀ ਦੇਸ਼ ਲਈ ਤਾਂ ਮੈਂ ਵੀ ਕੁਛ ਕਰ ਰਿਹਾ? ਇੱਕ ਛੋਟਾ ਜਿਹਾ ਬੱਚਾ ਆਪਣੀ ਲਾਈਫ ਨੂੰ ਕੁਰਬਾਨ ਕਰ ਜਾਂਦਾ ਸਾਡੇ ਫਰੀਡਮ ਵਾਸਤੇ, ਉਹਨੇ ਨਹੀਂ ਸੋਚਿਆ ਕਿ ਉਹਦਾ ਫਰੀਡਮ ਹੋਏਗਾ। ਉਹਨੂੰ ਤਾਂ ਪਤਾ ਸੀ ਕਿ ਮੈਨੂੰ ਤਾਂ ਗੋਰਿਆਂ ਨੇ ਅਗਰ ਉਹ ਕੁਛ ਕਰਾਂਗੇ ਅੰਗਰੇਜ਼ਾਂ ਨੇ ਮੈਨੂੰ ਫਾਂਸੀ ਦੇ ਦੇਣੀ ਆ। ਹਾਂਜੀ, ਉਹ ਤਾਂ ਪਿੰਡਾਂ 'ਚ ਫੜ ਕੇ ਫਾਂਸੀ ਦਿੰਦੇ ਸੀ, ਉਹਨੂੰ ਡਰ ਸੀ। ਪੰਜਾਬ ਦੇ ਵਿੱਚ, ਪੰਜਾਬ ਦੀ ਹਿਸਟਰੀ ਦੇ ਵਿੱਚ ਇੰਨਾ ਕੁਛ ਦਿਖਾਉਣ ਵਾਸਤੇ ਉਹ ਜਿੰਨਾ ਚਿਰ ਅਸੀਂ ਉਹ ਨਾ ਕਰੀਏ ਨਾ, ਉਸ ਨੇ ਆਪਣਾ ਨਾਮ ਬਣਾਈਏ, ਅਤੇ ਇਹ ਇੱਕ ਇੰਡਸਟਰੀ ਦੀ ਗਰੋਥ ਇੱਕ ਲੈਵਲ 'ਤੇ ਚਲੀ ਜਾਏ ਪਰ ਗਰੋਥ ਨਹੀਂ ਆਏਗੀ। ਪਰ ਉੱਦਾਂ ਦੀ ਫਿਲਮ ਬਣਾਓ ਜਿਹਦੇ ਕੁਛ ਜਿਹਦੇ ਵਿੱਚੋਂ ਜਿਹੜਾ ਕੋਈ ਦੇਖ ਰਿਹਾ ਉਸ ਫਿਲਮ ਨੂੰ ਕੁਛ ਨਾ ਕੁਛ ਪਾ ਕੇ ਜਾਵੇ, ਸਿੱਖੇ, ਆਪਣੇ ਹਿਸਾਬ ਨਾਲ ਸਿੱਖੇ, ਇੰਸਪਾਇਰ ਹੋਵੇ। ਇਸ ਸੰਬੰਧ 'ਚ ਤੁਸੀਂ ਪੰਜਾਬ ਸਰਕਾਰ ਨਾਲ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਿਉਂਕਿ ਉਹ ਤਾਂ ਤੁਹਾਡੀ ਬਰਾਦਰੀ 'ਚੋਂ ਨੇ, ਕਲਾਕਾਰ ਨੇ, ਮੋਸਟਲੀ ਉਹ ਜਿਹੜੀ ਪੰਜਾਬੀ ਫਿਲਮ ਹੁੰਦੀ ਉੱਥੇ ਆਸ਼ੀਰਵਾਦ ਦੇਣ ਜਾਂਦੇ ਨੇ, ਉਹਨਾਂ ਤੱਕ ਵੀ ਪਹੁੰਚ ਕੀਤੀ? ਮੈਂ ਕਰ ਰਿਹਾ ਕੋਸ਼ਿਸ਼, ਤਾਂ ਉਮੀਦ ਆ ਕਿ ਇਸ ਫਿਲਮ ਨੂੰ ਵੀ ਦੇਖਣਗੇ, ਅਤੇ ਮੇਰੀ ਉਹਨਾਂ ਦੇ ਅੱਗੇ ਇੱਕ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਕਿ ਦੇਖਣ ਫਿਲਮ ਨੂੰ, ਜਿੱਥੇ ਕਿਤੇ ਕਹਿਣ ਸਕਰੀਨ ਅਸੀਂ ਸਕਰੀਨਿੰਗ ਕਰਾਂਗੇ ਉਹਨਾਂ ਵਾਸਤੇ, ਦੇਖਣ ਦੇ ਅੱਗੇ ਦੱਸਣ ਕਿ ਫਿਲਮ ਦੇਖਣ ਵਾਲੀ ਹੈ। ਮੈਂ ਤਾਂ ਕਹਿੰਦਾ ਕਿ ਬੱਚਿਆਂ ਨੂੰ ਕੰਪਲਸਰੀ ਕਰਨ, ਸਕੂਲਾਂ ਦੇ ਵਿੱਚ ਕੰਪਲਸਰੀ ਕਰ ਦਿੰਦੀ ਫਿਲਮ। ਕਨੇਡਾ ਉਡਾਰੀ ਪ੍ਰੋਗਰਾਮ ਤਹਿਤ ਤੁਹਾਨੂੰ ਅੱਜ ਕਨੇਡਾ ਦਾ ਇੱਕ ਨਵਾਂ ਰੰਗ ਦਿਖਾਵਾਂਗੇ। ਇੱਕ ਫਿਲਮ ਆ ਰਹੀ ਹੈ ਪੰਜਾਬੀ ਸਰਾਬਾ, ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜੀਵਨ 'ਤੇ ਫਿਲਮ ਬਣੀ ਹੈ ਔਰ 3 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ, ਪਰ ਕਨੇਡਾ ਭਰ ਵਿੱਚ ਇਸ ਫਿਲਮ ਦੀ ਵੱਡੇ ਪੱਧਰ 'ਤੇ ਚਰਚਾ ਹੈ। ਅਤੇ ਅੱਜ ਅਸੀਂ ਕੈਲਗਰੀ 'ਚ ਆਏ ਹਾਂ, ਇੱਥੇ ਇਸ ਫਿਲਮ ਦੇ ਡਾਇਰੈਕਟਰ ਕਵੀਰਾਜ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨੂੰ ਪੁੱਛਦੇ ਹਾਂ ਵੀ ਇਸ ਫਿਲਮ ਵਿੱਚ ਕਿਹੜੀ ਇੰਨੀ ਵੱਡੀ ਗੱਲ ਹੈ ਵੀ ਥਾਂ ਥਾਂ 'ਤੇ ਇਸ ਦੀ ਚਰਚਾ ਹੋ ਰਹੀ ਹੈ। ਕਵੀਰਾਜ ਜੀ, ਸਰਾਬਾ, ਆਪਣੇ ਆਪ ਜਦੋਂ ਸਰਾਬੇ ਦਾ ਨਾਂ ਲੈਂਦੇ ਹਾਂ ਅਤੇ ਲੱਗਦਾ ਵੀ ਸਾਡਾ ਕੱਦ ਵੱਧ ਗਿਆ, ਜਿਹਨੇ ਬਹੁਤ ਵੱਡਾ ਬਲੀਦਾਨ ਦੇ ਕੇ, ਕੁਰਬਾਨੀ ਦੇ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕੀਤਾ, ਇਹ ਫਿਲਮ ਬਣਾਉਣ ਦਾ ਕਿਵੇਂ ਆਈਡੀਆ? ਤੁਸੀਂ ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ, ਕਿਹਾ ਕਿ ਇਹ 'ਚ ਵੱਡੀ ਚੀਜ਼ ਕੀ ਹੈ ਜੀ, ਇਹ ਸਭ ਨੂੰ ਵੱਡੀ ਚੀਜ਼ 'ਚ ਸਰਾਬਾ ਹੈ ਜੀ। ਇਹ ਸਰਾਬੇ ਦੀ ਫਿਲਮ ਆ, ਇਹ ਉਹ ਸ਼ਹੀਦ, ਉਹ ਪੰਜਾਬ ਦਾ ਪੁੱਤਰ ਹੋਇਆ, ਉਹ ਪੰਜਾਬ ਦਾ ਸਿੰਘ ਹੋਇਆ, ਸਰਦਾਰ ਹੋਇਆ ਜੀ, ਜਿਹਨੇ ਕਿ 16-16.5 ਸਾਲ ਦੀ ਉਮਰ ਦੇ ਵਿੱਚ ਗਦਰ ਲਹਿਰ ਦੇ ਵਿੱਚ ਇਸ ਲੜਾਈ ਦੇ ਵਿੱਚ ਆ ਗਿਆ ਸੀ ਕਿ ਆਪਣੇ ਮੁਲਕ ਨੂੰ, ਆਪਣੇ ਦੇਸ਼ ਨੂੰ, ਆਪਣੇ ਪੰਜਾਬ ਨੂੰ ਆਜ਼ਾਦ ਕਰਨਾ। ਹਾਂਜੀ, 19 ਸਾਲ ਦੀ ਉਮਰ 'ਚ ਉਹ ਸ਼ਹੀਦੀ ਪਾ ਜਾਂਦਾ, ਉਹਨੂੰ ਬ੍ਰਿਟਿਸ਼ਰਸ ਨੂੰ ਹੈਂਗ ਕਰ ਦਿੰਦੇ ਆ। ਇਹ ਐਡੀ ਬੜੀ ਕੁਰਬਾਨੀ ਸਾਡੇ ਕਿਤੇ ਸਾਡੇ ਇਤਿਹਾਸ 'ਤੇ, ਸਾਡੀ ਹਿਸਟਰੀ 'ਚ ਕਿਤੇ ਨਹੀਂ ਆਉਂਦੀ, ਕਿ ਦੁਨੀਆਂ 'ਚ ਨਹੀਂ ਆਉਂਦੀ। ਮੈਂ ਕਹਿੰਦਾ ਇਹ ਸਭ ਨੂੰ ਬੜੀ ਚੀਜ਼ ਇਸ ਫਿਲਮ ਲਈ ਇਹ ਹੈ। ਕਵੀਰਾਜ ਜੀ, ਕੋਈ ਕਿਸੇ ਵੀ ਫਿਲਮ ਦਾ ਡਾਇਰੈਕਟਰ, ਨਿਰਮਾਤਾ, ਪ੍ਰੋਡਿਊਸਰ ਜਿਹੜਾ ਆ, ਉਹ ਸਭ ਤੋਂ ਪਹਿਲਾਂ ਦੇਖਦਾ ਵੀ ਲੋਕ ਕੀ ਦੇਖਣਾ ਪਸੰਦ ਕਰਦੇ ਆ, ਮੇਰਾ ਮਾਲ ਕਿਵੇਂ ਵਿਕੂਗਾ, ਕਿਉਂਕਿ ਸਾਰਾ ਕਮਰਸ਼ੀਅਲ ਹੋ ਗਿਆ, ਗਲੈਮਰ ਦੀ ਦੁਨੀਆ ਆ,
ਕੋਸ਼ਿਸ਼ ਕਰਦੇ ਨੇ, ਭਾਵੇਂ ਪੰਜਾਬੀ ਫਿਲਮਾਂ ਬਣਦੀਆਂ ਨੇ, ਕੁਛ ਕਿਸੇ ਢੰਗ ਨਾਲ ਉਹ 'ਚ ਗਲੈਮਰ ਹੋਵੇ, ਉਹਦੇ 'ਚ ਠੂੰ ਠਾ ਵੀ ਹੋਵੇ, ਬੰਦੂਕਾਂ ਵੀ ਦਿਸਣ, ਕਈ ਕੁਛ ਹੋਵੇ, ਤੁਸੀਂ ਉਹ ਸਾਰੇ ਤੋਂ ਹਟ ਕੇ ਸਰਾਭੇ ਨੂੰ ਕਿਵੇਂ ਯਾਦ ਕਰ ਲਿਆ? ਮੈਂ ਕੁਛ ਸਾਲ ਪਹਿਲਾਂ ਜਿਸ ਤਰ੍ਹਾਂ ਬਲੈਕ ਪ੍ਰਿੰਸ ਬਣਾਈ ਸੀ ਮਹਾਰਾਜਦੀਪ ਸਿੰਘ ਜੀ, ਉਦੋਂ ਵੀ ਕੋਈ ਇੱਦਾਂ ਦਾ ਸੋਚਿਆ ਨਹੀਂ ਸੀ ਕਿ ਕਮਰਸ਼ਲੀ ਇਹ ਫਿਲਮ ਕਿੰਨੀ ਕੇਟ ਹੋਏਗੀ। ਇੱਕ ਮੈਂ ਆਪਣੇ ਕਰੀਅਰ 'ਚ, ਮੇਰਾ ਹਾਲੀਵੁੱਡ 'ਚ ਕਰੀਅਰ ਹੈ ਸਾਰੀ ਉਮਰ, ਆਲਮੋਸਟ 35-40 ਈਅਰ, ਆਲਮੋਸਟ 40 ਸਾਲ ਹੋ ਗਏ ਮੈਨੂੰ ਹਾਲੀਵੁੱਡ ਐਜ਼ ਐਨ ਐਕਟਰ, ਮੈਂ ਕੰਮ ਕੀਤਾ ਐਜ਼ ਅ ਡਾਇਰੈਕਟਰ ਰਾਈਟਰ। ਮੈਂ ਕਦੀ ਇਹ ਨਹੀਂ ਸੋਚਿਆ ਸੀ ਕਿ ਮੇਰੇ ਕਿੰਨੇ ਕੁ ਪੈਸੇ ਬਣਨੇ, ਆਹ ਰੋਲ ਕਰੂੰਗਾ ਤਾਂ ਕੀ ਹੋਏਗਾ। ਮੈਂ ਸਿਰਫ ਉਹੀ ਕੰਮ ਕੀਤਾ ਜਿਹਦੇ ਵਿੱਚ ਮੈਨੂੰ ਇੰਟਰਸਟ ਸੀਗਾ, ਜਿਹੜਾ ਮੈਨੂੰ ਮੇਰੇ ਮਨ ਨੂੰ, ਮੇਰੇ ਦਿਲ ਨੂੰ ਚੰਗਾ ਲੱਗਾ। ਓਕੇ, ਇਹ ਸਰਾਭਾ ਵੀ ਮੈਂ ਇਸ ਤਰ੍ਹਾਂ ਬਣਾਈ ਹੈ, ਮੈਂ ਕਮਰਸ਼ਲੀ ਕੁਛ ਨਹੀਂ ਸੋਚਿਆ ਫਿਲਮ ਕਿੰਨੇ ਕੁ ਪੈਸੇ ਬਣਾਏਗੀ। ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਕਿ ਪੈਸੇ ਬਹੁਤ ਬਣਾਏ, ਅੱਗੇ ਵੀ ਹੋਰ ਇੰਨੀਆਂ ਫਿਲਮਾਂ ਮੈਂ ਬਣਾਵਾਂ। ਮੈਂ ਆਪਣੀ ਹਿਸਟਰੀ ਦੱਸਣੀ ਚਾਹੁੰਦਾ, ਮੈਨੂੰ ਆਪਣੀ ਹਿਸਟਰੀ ਨਾਲ ਬੜਾ ਜੋੜ ਹੈ, ਪੰਜਾਬ ਦੀ ਹਿਸਟਰੀ ਦੇ ਬਾਰੇ ਮੈਂ ਫਿਲਮਾਂ ਬਣਾਉਣੀ ਚਾਹੁੰਦਾ। ਸਾਡੇ ਬੜੇ ਬੜੇ ਵਾਰੀਅਰਸ ਹੋਏ ਨੇ, ਮਾਰਟਰਸ ਹੋਏ ਨੇ, ਸ਼ਹੀਦ ਹੋਏ ਨੇ, ਹਿਸਟਰੀ ਦੇ ਵਿੱਚ ਇੰਨੇ ਫਿਗਰਸ ਹੋਏ ਨੇ ਜਿਹਨਾਂ ਦੇ ਬਾਰੇ ਫਿਲਮਾਂ ਬਣਨੀਆਂ ਚਾਹੀਦੀਆਂ, ਦੁਨੀਆ ਭਰ ਨੂੰ ਪਤਾ ਲੱਗੇ ਕਿ ਅਸੀਂ ਪੰਜਾਬੀ ਕੌਣ ਆ, ਕੀ ਹੈ। ਹੁਣ ਤੱਕ ਕਿੰਨੀਆਂ ਫਿਲਮਾਂ ਬਣਾਤੀਆਂ? ਮੈਂ ਕੋਈ 250-300 ਫਿਲਮਾਂ 'ਚ ਕੰਮ ਕੀਤਾ, ਟੀਵੀ ਸ਼ੋਅਸ ਅਤੇ ਫਿਲਮਾਂ ਮਿਲਾ ਕੇ ਹਾਲੀਵੁੱਡ ਦੇ ਵਿੱਚ ਜ਼ਿਆਦਾ, ਅਤੇ ਬਣਾਈਆਂ ਵੀ 4-5 ਫਿਲਮਾਂ ਬਣਾਈਆਂ ਵੀ ਐਜ਼ ਅ ਡਾਇਰੈਕਟਰ ਰਾਈਟਰ, ਅਤੇ ਅੱਗੇ ਵੀ 2 ਮੇਰੀਆਂ ਫਿਲਮਾਂ ਹੋਰ ਆਉਣ ਵਾਲੀਆਂ, ਇੱਕ ਬੇਅਰ ਫੋਰ ਵੋਰੀਅਰਸ ਫਿਲਮ ਬਣੀ ਹੋਈ ਉਹ ਵੀ ਆਏਗੀ, ਓਕੇ, ਰਿਲੀਜ਼ ਕਰਾਂਗਾ। ਇੱਕ ਮੈਂ ਫਿਲਮ ਦਸੰਬਰ 'ਚ ਸ਼ੂਟ ਕਰਿਆ ਨਵੀਂ, ਉਹ ਗਾਂ ਦੇ ਅੱਗੇ ਤੱਕ ਚੱਲੀ ਜਾਂਦਾ ਹੈ, ਅਤੇ ਮੇਰਾ ਸ਼ੁਰੂਆਤ ਹਾਲੀਵੁੱਡ 'ਚ ਹੋਇਆ ਐਜ਼ ਐਨ ਐਕਟਰ। ਓਕੇ, ਮੈਂ ਐਕਟਰ ਬਣਾਇਆ ਸੀ ਹਾਲੀਵੁੱਡ 'ਚ, ਮੈਂ ਬਣਿਆ, ਮੈਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ 250-300 ਫਿਲਮਾਂ 'ਚ, ਟੀਵੀ ਸ਼ੋਅ 'ਚ ਮੈਂ ਕੰਮ ਕੀਤਾ, ਸਟੇਜ 'ਤੇ ਕੰਮ ਕੀਤਾ। ਮੈਂ ਪਹਿਲਾਂ ਇਹ ਆਪਣਾ ਹੀ ਥੀਏਟਰ ਗਰੁੱਪ ਹਾਲੀਵੁੱਡ 'ਚ ਮੈਂ ਸ਼ੁਰੂ ਕੀਤਾ ਸੀ, ਵਾਂਡਰਿੰਗ ਪਲੇਅਰਸ, ਅਤੇ ਖੁਦ ਆਪ ਹੀ ਮੈਂ ਪ੍ਰੋਡਿਊਸ ਕਰਦਾ ਸੀ ਸਟੇਜ 'ਤੇ, ਇਸ 'ਤੇ ਡਾਇਰੈਕਟ ਵੀ ਕਰਦਾ ਸੀ, ਐਕਟ ਵੀ ਕਰਦਾ ਸੀ। ਇਹ ਮੇਰੀ ਸ਼ੁਰੂਆਤ ਉੱਥੇ ਹੋਈ ਹੈ। ਬੜੇ ਬੜੇ ਐਕਟਰਾਂ ਨਾਲ ਮੈਂ ਕੰਮ ਕੀਤਾ, ਡੈਂਜ਼ਲ ਵਾਸ਼ਿੰਗਟਨ, ਮੈਂ ਟੀ ਵੀ ਸੀਰੀਜ਼ ਕੀਤੀ ਬਹੁਤ ਵੱਡੀ, ਅਰਲੀ 80s ਦੇ ਵਿੱਚ ਆਉਂਦੀ ਸੀ NBC ਦੇ ਉੱਤੇ, ਸੇਂਟ ਐਲਸਵੇਅਰ, ਅਤੇ ਇੱਥੇ ਦੀ ਮੇਰੀ ਐਕਸਪੀਰੀਅੰਸ ਹੈ, ਮੈਂ ਇੱਥੇ ਦੇ ਹਿਸਾਬ ਨਾਲ ਕੰਮ ਕਰਦਾ। ਸਰਾਭਾ, ਜਦੋਂ ਤੁਸੀਂ ਫਿਲਮ ਬੁਣ ਰਹੇ ਸੀ, ਲਿਖੀ ਵੀ ਤੁਸੀਂ ਹੈ, ਇਸ ਲਿਖ ਰਹੇ ਸੀ, ਜਦੋਂ ਉਹਦੇ 'ਤੇ ਕੰਮ ਕਰ ਰਹੇ ਸੀ, ਸ਼ੂਟਿੰਗ ਹੋ ਰਹੀ ਸੀ, ਇਸ ਸਾਰੇ ਦੌਰ ਦੌਰਾਨ ਕੋਈ ਇੱਦਾਂ ਦਾ ਤੁਹਾਨੂੰ ਪਲ ਯਾਦ ਹੋਵੇ ਜਿਹਦੇ 'ਚ ਤੁਹਾਨੂੰ ਪ੍ਰਾਊਡ ਹੁੰਦਾ ਹੋਵੇ ਵੀ ਜੇ ਕਰਤਾਰ ਸਿੰਘ ਸਰਾਭਾ ਨੇ ਸ਼ਹੀਦੀ ਦਿੱਤੀ ਦੇਸ਼ ਲਈ ਤਾਂ ਮੈਂ ਵੀ ਕੁਛ ਕਰ ਰਿਹਾ? ਇੰਨਾ ਮੈਂ ਇਹ ਨਹੀਂ ਸੋਚਿਆ ਵੈਸੇ, ਕਿਉਂਕਿ ਮੈਂ ਵੀ ਕੁਛ ਕਰ ਰਿਹਾ, ਕਿ ਮੈਂ ਤਾਂ ਸਿਰਫ ਇਹ ਸੋਚਿਆ ਕਿ ਮੈਂ ਅੰਗਰੇਜ਼ੀ ਕਹਿੰਦਾ ਆਈ ਓ ਸਮਥਿੰਗ ਟੂ ਸਰਾਭਾ, ਕਿ ਇਹ ਮੇਰੀ ਦੇਣ ਆ ਸਰਾਭੇ ਨੂੰ, ਕਰਤਾਰ ਸਿੰਘ ਸਰਾਭੇ ਨੂੰ। ਦੇਖੋ ਨਾ, ਉਹ ਇੱਕ ਛੋਟਾ ਜਿਹਾ ਬੱਚਾ ਆਪਣੀ ਲਾਈਫ ਨੂੰ ਕੁਰਬਾਨ ਕਰ ਜਾਂਦਾ ਸਾਡੇ ਫਰੀਡਮ ਵਾਸਤੇ, ਉਹਨੇ ਇਹ ਨਹੀਂ ਸੋਚਿਆ ਕਿ ਉਹਦਾ ਫਰੀਡਮ ਹੋਏਗਾ। ਉਹਨੂੰ ਤਾਂ ਪਤਾ ਸੀ ਕਿ ਮੈਨੂੰ ਤਾਂ ਗੋਰਿਆਂ ਨੇ ਅਗਰੋਂ ਕੁਛ ਕਰਾਂਗੇ ਅੰਗਰੇਜ਼ਾਂ ਨੇ ਮੈਨੂੰ ਫਾਂਸੀ ਦੇ ਦੇਣੀ ਆ, ਹਾਂਜੀ, ਉਹ ਤਾਂ ਪਿੰਡਾਂ 'ਚ ਫੜ ਕੇ ਫਾਂਸੀ ਦਿੰਦੇ ਸੀ ਉਹਦਾ ਸੀ, ਪਰ ਉਹਨੇ ਆਪਣੇ ਫਰੀਡਮ ਵਾਸਤੇ ਨਹੀਂ ਲੜਿਆ, ਉਹ ਆਪਣਾ ਫਰੀਡਮ ਤੁਹਾਨੂੰ ਪਤਾ ਸੀ ਮੇਰੀ ਆਜ਼ਾਦੀ ਦਾ ਖਤਮ ਹੈ ਸਾਡੀ ਆਜ਼ਾਦੀ ਵਾਸਤੇ, ਸਾਡੇ ਫਿਊਚਰ ਜਨਰੇਸ਼ਨ ਵਾਸਤੇ। ਮੈਂ ਤਾਂ ਇਹੋ ਸੋਚ ਕੇ ਫਿਲਮ ਬਣਾਈ ਹੈ, ਅਤੇ ਉਹ ਜਦੋਂ ਮੈਂ ਸ਼ੂਟ ਕਰਦਾ ਸੀ, ਜਦੋਂ ਸੀਨ ਬਹੁਤ ਵਧੀਆ ਹੁੰਦੇ ਸੀ, ਇਮੋਸ਼ਨਲ ਸੀਨਸ ਬੜੇ ਸੀ ਹੈਗੇ ਨੇ ਫਿਲਮ ਦੇ, ਜਦੋਂ ਅਸੀਂ ਫਿਲਮਾਉਂਦੇ ਸੀ ਤਾਂ ਦੀਦਾ ਸੀ ਹਾਂ ਬਹੁਤ ਸੋਹਣਾ ਸੀਨ ਹੈ, ਉਹੀ ਮੇਰੇ 'ਚ ਇੰਨੀ ਥੋੜ੍ਹੀ ਜਿਹੀ ਪ੍ਰਾਈਡ ਆਉਂਦੀ ਸੀ ਕਿ ਵਧੀਆ ਹੋ ਰਿਹਾ, ਹਾਂ ਮੈਂ ਅੱਛਾ ਕਰ ਰਿਹਾ। ਹਾਂਜੀ, ਇੱਕ ਹੋਰ ਸਵਾਲ ਪੈਦਾ ਹੁੰਦਾ ਵੀ ਜਿਵੇਂ ਸ਼ਹੀਦ ਭਗਤ ਸਿੰਘ ਹੋਣਾ 'ਤੇ ਬਹੁਤ ਫਿਲਮਾਂ ਬਣ ਗਈਆਂ, ਹੋਰ ਸ਼ਹੀਦਾਂ 'ਤੇ ਫਿਲਮਾਂ ਬਣੀਆਂ, ਅਤੇ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਇੰਨਾ ਵੱਡਾ ਬਲੀਦਾਨ, ਕੁਰਬਾਨੀ ਕਰਨੀ, ਇਹ ਅਣਗੌਲਿਆਂ ਕੋਲ ਰਹਿ ਗਿਆ ਫਿਲਮੀ ਖੇਤਰ 'ਚ? ਇਹ ਮੇਰੇ ਹਿਸਾਬ ਨਾਲ ਸਾਡੀ ਆਪਣੀ ਵੀ ਖੁਦ ਗਲਤੀ ਹੈ, ਅਸੀਂ ਆਪਣੀ ਹਿਸਟਰੀ ਨੂੰ ਇੰਨਾ ਨਹੀਂ ਸੋਚਦੇ ਨਹੀਂ, ਇਹਦੇ ਬਾਰੇ ਬੋਲਦੇ ਨਹੀਂ, ਇਹਦੇ ਬਾਰੇ ਪੜ੍ਹਾਉਂਦੇ ਨਹੀਂ, ਇਹਦੇ ਬਾਰੇ ਸਕੂਲਾਂ 'ਚ ਨਹੀਂ ਪੜ੍ਹਾਇਆ ਜਾਂਦਾ। ਅਤੇ ਦੂਸਰਾ, ਇਹ ਉਸ ਤਰ੍ਹਾਂ ਦਾ ਆਪਣਾ ਵਾਰੀਅਰ ਉਦੋਂ ਦਾ ਸ਼ਹੀਦ ਰਹਿ ਗਿਆ ਜਦੋਂ ਕਿ ਇੱਕ ਸਾਈਡਲਾਈਨ ਜਿਹਾ ਕਰ ਦਿੱਤਾ ਗਿਆ। ਸ਼ਹੀਦ ਭਗਤ ਸਿੰਘ, ਊਧਮ ਸਿੰਘ ਨੂੰ ਥੋੜ੍ਹਾ ਕਮਰਸ਼ਲਾਈਜ਼ ਲੈਵਲ 'ਤੇ ਲੈ ਆਉਂਦਾ ਇਹਨਾਂ ਨੇ, ਬਾਲੀਵੁੱਡ 'ਚ ਫਿਲਮਾਂ ਬਣ ਗਈਆਂ ਉਹਨਾਂ ਦੇ, ਅਤੇ ਉਸ ਕਰਕੇ ਉਹ ਥੋੜ੍ਹਾ ਜਿਹਾ ਲੋਕਾਂ ਉਹਨਾਂ ਬਾਰੇ ਜ਼ਿਆਦਾ ਜਾਣਦੇ ਨੇ, ਪਰ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਕੁਰਬਾਨੀ ਉਹਦਾ ਕੋਈ ਯਾਨੀ ਕਿ ਉਹਦਾ ਹਿਸਾਬ ਕਿਤਾਬ ਹੀ ਨਹੀਂ, ਉਹਦਾ ਕੋਈ ਐਡੀ ਬੜੀ ਕੁਰਬਾਨੀ ਹੈ। ਇਹਦੇ ਕਰਕੇ ਤਾਂ ਊਧਮ ਸਿੰਘ ਤਾਂ ਭਗਤ ਸਿੰਘ ਅਤੇ ਬਾਕੀ ਹੋਰ ਸੀ ਸਾਰੇ ਇੰਸਪਾਇਰ ਹੋਏ ਸੀ ਇਹਦੇ ਕੋਲ, ਇਹ ਇਹਦੀ ਕੁਰਬਾਨੀ ਤੋਂ। ਕਮਰਾ ਜੀ, ਇਹ ਜਿਹੜੀ ਫਿਲਮ ਹੈ, ਇਹਦੀ ਸ਼ੂਟਿੰਗ ਕਿੱਥੇ ਕੀਤੀ? ਇਹਦੀ ਇੰਡੀਆ ਕਾਫੀ ਦਿਨ ਦੀ ਸ਼ੂਟਿੰਗ ਇੰਡੀਆ ਸੀ, ਫਿਰ ਕੈਨੇਡਾ ਵੀ ਕੀਤੀ ਆ ਗਈ। ਇੰਡੀਆ ਅਸੀਂ ਕੀਤੀ ਇਹ ਆਪਣੇ ਰਾਜਸਥਾਨ ਦੇ ਵਿੱਚ ਜਾ ਕੇ, ਉਹ ਪੁਰਾਣੇ ਸਾਨੂੰ ਚਾਹੀਦੇ ਸੀ ਪੁਰਾਣੇ ਪਿੰਡ ਉਸ ਤਰ੍ਹਾਂ ਦੀਆਂ ਬਿਲਡਿੰਗਸ ਪਾਉਣੀਆਂ ਚਾਹੀਦੀਆਂ, ਉੱਥੇ ਆ ਕੇ ਮਿਲ ਗਈ ਆ, ਅਤੇ ਇੱਥੇ ਕੈਨੇਡਾ ਦੇ ਵਿੱਚ ਵੀ, ਸਰੀ 'ਚ, ਓਕੇ, ਫਿਰ USA ਵੀ ਕੀਤੀ ਸ਼ੂਟਿੰਗ। ਓਕੇ, ਅਤੇ ਇਹਦੇ 'ਚ ਕਰੈਕਟਰ ਕਿਹੜੇ ਨੇ ਮੇਨ
ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਖਣੇ ਦਾ ਰੋਲ ਹੈਗਾ ਇਹਦੇ ਵਿੱਚ, ਹਰਨਾਮ ਸਿੰਘ ਟੁੰਡੀ ਲਾਟ ਅਤੇ ਲਾਲਾ ਹਰਦਿਆਲ, ਇਹ ਜਿਹੜੇ ਬੜੇ ਬੜੇ ਜਿਹੜੇ ਮੋਸਟਲੀ ਗਦਰ ਮੂਵਮੈਂਟ ਜਿਹੜੇ ਇੰਪੋਰਟੈਂਟ ਕੈਰੈਕਟਰ ਸੀ ਸਾਰੇ ਹੈਗੇ। ਅਤੇ ਕਿਹੜੇ ਨੇ ਸਟਾਰ, ਕਿਹੜੇ ਨੇ ਸਟਾਰ? ਇਹਦੇ ਵਿੱਚ ਜਿਹੜਾ ਕਰਤਾਰ ਸਿੰਘ ਸਰਾਭਾ ਦਾ ਰੋਲ ਆ ਉਹ ਜਪਤੇਜ ਸਿੰਘ ਕਰ ਰਿਹਾ। ਜਪਤੇਜ ਸਿੰਘ ਜਿਹੜਾ ਬਾਗ ਮਿਲਕਾ, ਬਾਗ ਕੇ ਛੋਟਾ ਮਿਲਕਾ ਸੀਗਾ, ਉਹ ਉਮਰ ਦੇ ਹਿਸਾਬ ਨਾਲ ਸਹੀ ਸੀ ਇਸ ਰੋਲ ਵਾਸਤੇ, ਲੁੱਕ ਵੀ ਐਨ ਪਰਫੈਕਟ ਸੀ ਇਹਦੇ ਵਾਸਤੇ, ਰਾਵੇ ਵਾਸਤੇ। ਮਲਕੀਤ ਰਾਉਣੀ ਜੀ ਇਹਦੇ ਵਿੱਚ ਹੈਗੇ ਨੇ। ਸਿੰਘ ਸਰਾਭਾ ਬਾਰੇ ਤੁਸੀਂ ਜਦੋਂ ਕਰੈਕਟਰ ਦੇਣਾ ਸੀ ਤੇ ਕਾਫੀ ਇਹਦੇ ਲਈ ਖੋਜ ਕੀਤੀ ਨੇ? ਬਹੁਤ ਜ਼ਿਆਦਾ। ਹਾਂ 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 ਜੀ, ਵੈਸੇ ਤਾਂ ਆਡੀਸ਼ਨਸ ਕਰ ਰਹੇ ਸੀ, ਦੇਖ ਰਹੇ ਸੀ ਕਿਹੜਾ ਐਕਟਰ, ਸਾਨੂੰ ਸਿੰਗਰਸ ਬੜੇ ਰੈਕਮੈਂਡ ਹੋ ਰਹੇ ਸੀ, ਫਲਾਣੇ ਸਿੰਗਰ ਨੂੰ ਲੈ ਲਓ, ਸਿੰਗਰ ਨੂੰ ਲੈ ਲਓ। ਮੈਂ ਚਾਹੁੰਦਾ ਸੀ ਕਿ ਅਸੀਂ ਕਰਤਾਰ ਸਿੰਘ ਸਰਾਭਾ ਦੇ ਵਿੱਚ ਸਰਾਭਾ ਹੀ ਦਿਸੇ, ਕੋਈ ਸਿੰਗਰ ਨਾ ਦਿਸੇ, ਕੋਈ ਐਕਟਰ ਨਾ ਦਿਸੇ, ਕਿਉਂਕਿ ਇਹ ਨਾ ਕਹਿਣਾ ਉਹ ਅੱਛਾ ਉਹ ਫਲਾਣਾ ਐਕਟਰ ਇਹ ਰੋਲ ਕਰ ਰਿਹਾ। ਅਤੇ ਉਹ ਜਪਤੇਜ ਦੀ ਐਕਸਪੀਰੀਅੰਸ, ਕਾਫੀ ਐਕਸਪੀਰੀਅੰਸ ਐਕਟਰ ਹੈ, ਉਹਨੇ ਬੜਾ ਬਹੁਤ ਸਿੱਖਿਆ, ਬੜਾ ਕੁਛ ਉਹਨੇ, ਬਹੁਤ ਹੀ ਵਧੀਆ ਐਕਟਰ ਹੈ ਉਹ, ਐਸ ਇੱਕਦਮ ਲੱਗਦਾ ਸਰਾਭਾ। ਅਤੇ ਅੱਗੇ ਮਲਕੀਤ ਰਾਉਣੀ ਜੀ ਨੇ ਗੰਨਾ ਆਪਣੇ ਮਹਾਂਵੀਰ ਭੁੱਲਰ ਨੇ ਇਹਦੇ ਵਿੱਚ, ਅਤੇ ਜਸਵੀਰ ਜੱਸੀ, ਹੋਰ ਇਸ ਤਰ੍ਹਾਂ ਦੇ ਐਕਟਰ ਹਾਂਜੀ ਹਾਂ ਸਿੰਗਰ ਮੁਕਲਦੇਵ ਜਿਹੜੇ ਜਿੰਨੇ ਬੜੀਆਂ ਫਿਲਮਾਂ ਕੀਤੀਆਂ ਉਹਨੇ। ਹਾਂਜੀ ਮੈਂ ਵੀ ਇੱਕ ਰੋਲ ਕੀਤਾ ਇਹਦੇ ਵਿੱਚ, ਉਹ ਫਿਲਮ ਦੇਖ ਕੇ ਪਤਾ ਲੱਗੂਗਾ। ਅੱਛਾ ਫਿਰ ਮੈਂ ਸਵਾਲ ਉੱਧਰ ਹੀ ਲੈ ਕੇ ਜਾਣਾ ਹੈ ਵੀ ਪੰਜਾਬੀ ਫਿਲਮਾਂ ਜਦੋਂ ਅਸੀਂ ਝਾਤ ਮਾਰਦੇ ਹਾਂ ਜ਼ਿਆਦਾ ਕਮੇਡੀ ਨਾਲ ਭਰੀਆਂ ਹੁੰਦੀਆਂ ਜਾਂ ਜ਼ਿਆਦਾ ਤੁਸੀਂ ਕਹਿ ਲਓ ਵੀ ਪਿਆਰ ਮੁਹੱਬਤ ਨਾਲ ਰਜੀਆਂ ਮਿਤੀਆਂ ਹੁੰਦੀਆਂ, ਉਹ ਸਾਰਾ ਦੌਰ ਜਿਹੜਾ ਚੱਲ ਰਿਹਾ ਚਲੋ ਤੁਸੀਂ ਤਾਂ ਉੱਤੋਂ ਹਟ ਕੇ ਕੰਮ ਕਰਦੇ ਜੇ, ਉਹ ਸਾਰੇ ਦੌਰ ਨੂੰ ਜਦੋਂ ਦੇਖਦੇ ਜੇ ਫਿਰ ਤੁਹਾਨੂੰ ਪੰਜਾਬੀ ਫਿਲਮਾਂ ਦਾ ਫਿਊਚਰ ਕਿਵੇਂ ਦਾ ਲੱਗਦਾ? ਦੇਖੋ ਉਹ ਫਿਲਮ ਵੀ ਚੱਲ ਰਹੀਆਂ ਨੇ, ਉਹ ਜਿਹੜੇ ਮੇਕਰਸ ਨੇ ਸਟਾਰਸ ਨੇ ਬਣਾਉਣ ਲਈ ਫਿਲਮਾਂ, ਉਹਨਾਂ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਬਣਾਉਣੀਆਂ ਨੇ ਫਿਲਮਾਂ, ਕੀ ਵਿੱਚ ਪਾਉਣਾ, ਕੀ ਕਰਨਾ ਹੈ, ਉਹ ਚੱਲ ਰਹੀਆਂ ਨੇ, ਆਡੀਅੰਸ ਉਹ ਵੀ ਦੇਖ ਰਹੇ ਨੇ। ਅਤੇ ਮੇਰਾ ਜਿਹੜੀ ਮੇਰੀ ਕੋਸ਼ਿਸ਼ ਹੈ ਕਿ ਮੈਂ ਜਿਸ ਤਰ੍ਹਾਂ ਸਰਾਭਾ ਬਣਾਈ, ਇਸ ਤਰ੍ਹਾਂ ਫਿਲਮਾਂ ਬਣਾਵਾਂ, ਇਹਦਾ ਕੋਈ ਕਿ ਇਹ ਫਿਲਮ ਦੀ ਲਾਈਫ ਹੁੰਦੀ ਹੈ ਕਿ ਇੱਕ ਸਿਨੇਮਾ ਕਿੱਦਾਂ ਦੀ ਚੀਜ਼ ਹੈ ਕਿ ਜਿਹੜਾ ਕੋਈ ਅੱਛੀ ਫਿਲਮ ਬਣ ਜਾਏ ਉਹ 100 ਸਾਲ ਵੀ ਬੰਦਾ ਦੇਖ ਸਕਦਾ। ਅਸੀਂ 75 ਸਾਲ, 80 ਸਾਲ, 90 ਸਾਲ, 100 ਸਾਲ ਪੁਰਾਣੀਆਂ ਫਿਲਮਾਂ ਵੀ ਦੇਖ ਰਹੇ ਅੱਜ ਕੱਲ੍ਹ। ਮੈਨੂੰ ਬੜਾ ਇੰਟਰਸਟ ਹੋਇਆ ਫਿਲਮਾਂ 'ਚ, ਮੈਂ ਕਿਹੜੀ ਜਾਂਦਾ ਦੇਖਣ, ਕਿਤੇ ਸਕਰੀਨਿੰਗ ਹੋਵੇ ਤਾਂ ਮੈਂ ਚਾਹੁੰਦਾ ਮੇਰੀਆਂ ਫਿਲਮਾਂ ਇਸ ਤਰ੍ਹਾਂ ਹੋਣ। ਅਤੇ ਉਹ ਜਿਹੜੀਆਂ ਕਈ ਫਿਲਮਾਂ ਇੱਕਦਮ ਬੜੀਆਂ ਸਕਸੈਸਫੁਲ ਹੁੰਦੀਆਂ, ਹੋ ਸਕਦਾ ਉਹਦੀ ਆਫਟਰ ਲਾਈਫ ਇਹਨੂੰ ਕਹਿੰਦੇ, ਇਸ ਤੋਂ ਬਾਅਦ 5-10 ਸਾਲ ਵੀ ਸ਼ਾਇਦ ਕੋਈ ਨਾ ਦੇਖਿਆ ਉਹਨੂੰ, ਪਤਾ ਨਹੀਂ, ਇਹ ਤਾਂ ਆਡੀਅੰਸ 'ਤੇ ਡਿਪੈਂਡ ਕਰਦਾ। ਉਹ ਵੀ ਚੱਲੀ ਜਾਂਦੀਆਂ ਨੇ, ਉਹ ਵੀ ਠੀਕ ਹੈ, ਪਰ ਪੰਜਾਬੀ ਸਿਨੇਮਾ ਜਿੰਨਾ ਚਿਰ, ਕਿਉਂ ਪੰਜਾਬ ਦੇ ਵਿੱਚ, ਪੰਜਾਬ ਦੀ ਹਿਸਟਰੀ ਦੇ ਵਿੱਚ ਇੰਨਾ ਕੁਛ ਹੈ, ਇੰਨਾ ਕੁਛ ਦਿਖਾਉਣ ਵਾਸਤੇ, ਉਹ ਜਿੰਨਾ ਚਿਰ ਅਸੀਂ ਉਹ ਨਾ ਕਰੀਏ ਨਾ, ਉਸ ਨੇ ਫਿਲਮਾਂ ਨਾ ਬਣਾਈਏ, ਅਤੇ ਇਹ ਇੱਕ ਇੰਡਸਟਰੀ ਦੀ ਗਰੋਥ ਇੱਕ ਲੈਵਲ 'ਤੇ ਚੱਲੀ ਜਾਏ ਪਰ ਗਰੋਥ ਨਹੀਂ ਆਏਗੀ। ਦੇਖੋ ਸਾਊਥ ਦੀਆਂ ਫਿਲਮਾਂ ਵੀ ਤੁਸੀਂ ਦੇਖੋ, ਸਾਊਥ ਦੀ ਇੰਡਸਟਰੀ ਕਿੱਡੀ, ਇੰਡੀਆ ਦੀ ਸਾਊਥ ਇੰਡਸਟਰੀ ਕਿੰਨੀ ਸਕਸੈਸਫੁਲ ਹੈ, ਉਹ ਜਿਹੜੀਆਂ ਹੁਣ ਫਿਲਮਾਂ ਬਣਾਉਂਦੇ ਨੇ ਉਹ ਬੜੀਆਂ ਹਿਸਟੋਰੀਕਲ ਫਿਲਮਾਂ ਬਣਾਉਂਦੇ ਨੇ, ਹਿਸਟਰੀ 'ਤੇ ਬੇਸਡ ਬਣਾਉਂਦੇ ਨੇ ਫਿਲਮਾਂ। ਉਹ ਆਰ 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 ਕਿੱਥੇ ਗਈ ਫਿਲਮ, ਉਹ ਇੱਕ ਪੀਰੀਅਡ ਫਿਲਮ ਹੈ ਉਹ ਵੀ, ਅਤੇ ਉਹਨਾਂ ਉਹ ਵੀ ਰੀਅਲਾਈਜ਼ ਕਰ ਰਹੇ ਨੇ ਕਿ ਅਗਰ ਆਪਣੇ ਇਤਿਹਾਸ ਦੀ, ਆਪਣੀ ਹਿਸਟਰੀ ਨੂੰ ਅਸੀਂ ਨਾ ਅੱਗੇ ਲੈ ਕੇ ਆਈਏ, ਉਹ ਮੈਂ ਕਿਸੇ ਵੀ ਮੋਲਡ ਦੇ ਕਮਰਸ਼ੀਅਲ ਲੈਵਲ ਦੀ ਮੈਂ ਲੈ ਕੇ ਆਉਂਦੇ ਨੇ, ਅਤੇ ਉਸ ਕਰਕੇ ਉਹ ਇੰਡਸਟਰੀ ਦੇਖੋ ਕਿੱਥੇ ਦੀ ਕਿੱਥੇ ਗਈ ਹੈ। ਲੱਗਦਾ ਨਹੀਂ ਵੀ ਪੰਜਾਬ 'ਚ ਜਿਹੜੇ ਕੁਛ ਵਿਗਾੜ ਆਏ ਨੇ ਉਹ ਡਰੱਗ ਹੋ ਸਕਦਾ, ਉਹ ਇਸੇ ਤਰ੍ਹਾਂ ਕ੍ਰਾਈਮ ਦਾ ਵਾਧਾ ਹੋ ਸਕਦਾ, ਜਾਂ ਹੋਰ ਕਈ ਕਰੈਕਟਰ ਪੱਖੋਂ ਵੀ ਕਿਤੇ ਸਾਨੂੰ ਦੁਖਦ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਜਿਹੜੀਆਂ ਫਿਲਮਾਂ ਨੇ ਇਹਨਾਂ ਨੇ ਪੰਜਾਬੀ ਰਿਚ ਕਲਚਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਜਿਹੜਾ ਚਲੰਤ ਮਾਮਲੇ ਸੀ ਉਹਨਾਂ 'ਤੇ ਫਿਲਮਾਂ ਹਲਕੀਆਂ ਫੁਲਕੀਆਂ ਬਣਾ ਕੇ ਅਤੇ ਕੰਮ ਚੱਲਦਾ ਰਿਹਾ, ਇਹ ਨੁਕਸਾਨ ਨਹੀਂ ਹੋਇਆ ਇਹਦੇ ਨਾਲ? ਹਾਂ ਕਿਸੇ ਲੈਵਲ ਤੱਕ, ਹਾਂ ਮੈਂ ਸਮਝਾਂਗਾ, ਹੈ ਇਹਦੇ ਨਾਲ ਨੁਕਸਾਨ ਤਾਂ ਹੋਇਆ, ਕਿਉਂਕਿ ਇੱਕ ਫਿਲਮ, ਕਿਸੇ ਦੀ ਇੱਕ ਫਿਲਮ ਦੇ ਨਾਲ ਇੱਕ ਇੰਪ੍ਰੈਸ਼ਨ ਬੜੀ ਬਣਦੀ ਦੇਖਣ ਵਾਲੇ 'ਤੇ। ਮੈਂ ਇਹ ਨਹੀਂ ਕਹਿੰਦਾ ਕਿ ਸੇਧ ਦਿੰਦੀ, ਹਾਂਜੀ ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਫਿਲਮਾਂ ਤੁਸੀਂ ਲੋਕਾਂ ਨੂੰ ਸਿਖਾਉਣ ਵਾਸਤੇ ਬਣਾਓ, ਉਹ ਸਾਡਾ ਕੰਮ ਨਹੀਂ, ਉਹ ਸਟੋਰੀਜ਼ ਦਾ ਕੰਮ ਆ, ਉਹ ਟੀਚਰਾਂ ਦਾ ਕੰਮ ਆ, ਉਹ ਫਿਲਮ ਮੇਕਰ ਦਾ ਕੰਮ ਨਹੀਂ, ਪਰ ਉੱਦਾਂ ਦੀ ਫਿਲਮ ਬਣਾਓ ਜਿਹਦੇ ਕੁਛ, ਜਿਹਦੇ ਵਿੱਚ ਉਹ ਜਿਹੜਾ ਕੋਈ ਦੇਖ ਰਿਹਾ ਉਸ ਫਿਲਮ ਨੂੰ ਕੁਛ ਨਾ ਕੁਛ ਪਾ ਕੇ ਜਾਵੇ, ਸਿੱਖੇ, ਆਪਣੇ ਹਿਸਾਬ ਨਾਲ ਸਿੱਖੇ, ਇੰਸਪਾਇਰ ਹੋਵੇ। ਇਹ ਸਭ ਨਾਲੋਂ ਬੜੀ ਚੀਜ਼ ਫਿਲਮ ਦੀ ਦੇਣੀ ਆ ਕਿ ਤੁਸੀਂ ਕਿਸੇ ਨੂੰ ਇੰਸਪਾਇਰ ਕਰ ਸਕਦੇ ਆ। ਜਦੋਂ ਕਰਤਾਰ ਸਿੰਘ ਸਰਾਭਾ ਦੀ ਫਿਲਮ ਅਗਰ ਦੇਖਣਗੇ ਲੋਕ, ਜਾ ਕੇ ਪੜ੍ਹਨ ਗਦਰ ਮੂਵਮੈਂਟ ਦੇ ਬਾਰੇ, ਕਿਉਂ ਸਾਰੀ ਗਦਰ ਮੂਵਮੈਂਟ ਤਾਂ ਮੈਂ ਦਿਖਾ ਨਹੀਂ ਸਕਦਾ ਸੀ ਇਸ ਫਿਲਮ ਦੇ ਵਿੱਚ, ਉਹਦੇ ਬਾਰੇ ਪੜ੍ਹਨ, ਫਰੀਡਮ ਦੇ ਬਾਰੇ ਪੜ੍ਹਨ ਕਿ ਅਸੀਂ ਅੰਗਰੇਜ਼ਾਂ ਤੋਂ ਫਰੀਡਮ ਕਿਸ ਤਰ੍ਹਾਂ ਜਿੱਤਿਆ, ਆਪਣੀ ਆਜ਼ਾਦੀ ਕਿਸ ਤਰ੍ਹਾਂ ਪਾਈ ਅਸੀਂ। ਉਹ ਗਾਂਧੀ ਨੇ ਨਹੀਂ ਸਾਨੂੰ ਆਜ਼ਾਦੀ ਦਵਾਈ, ਸਾਡੀਆਂ ਸਾਡੇ ਜਿਹੜੇ ਸਾਡੇ ਵੋਰੀਅਰ, ਸਾਡੇ ਮਾਰਟਰਸ ਹੋਏ, ਉਹਨਾਂ ਨੇ ਦਵਾਈ ਆਜ਼ਾਦੀ। ਲੋਕ ਪੜ੍ਹਨ ਦੇ ਬਾਰੇ, ਬੱਚੇ ਪੜ੍ਹਨ ਸਾਡੇ, ਮੈਂ ਤਾਂ ਕਹਿੰਦਾ ਸਕੂਲਾਂ ਦੇ ਬੱਚਿਆਂ ਨੂੰ ਦਿਖਾਈ ਜਾਵੇ ਫਿਲਮ, ਅਤੇ ਇੰਨਾ ਫਰਕ ਤਾਂ ਜ਼ਰੂਰ ਪੈਂਦਾ ਵੀ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਹਾਂ, ਕਿਸ ਤਰ੍ਹਾਂ ਦੀਆਂ ਫਿਲਮਸ ਅੱਗੇ ਆਉਂਦੀਆਂ ਨੇ, ਉਹਨਾਂ ਤੋਂ ਲੋਕ ਕੀ ਪਾਉਂਦੇ ਨੇ,
ਇਹਦੇ ਸੰਬੰਧ 'ਚ ਤੁਸੀਂ ਪੰਜਾਬ ਸਰਕਾਰ ਨਾਲ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਿਉਂਕਿ ਉਹ ਤਾਂ ਤੁਹਾਡੀ ਬਰਾਦਰੀ 'ਚੋਂ ਨੇ ਕਲਾਕਾਰ ਨੇ, ਮੋਸਟਲੀ ਉਹ ਜਿਹੜੀ ਪੰਜਾਬੀ ਫਿਲਮ ਆਉਂਦੀ ਉੱਥੇ ਆਸ਼ੀਰਵਾਦ ਦੇਣ ਜਾਂਦੇ ਨੇ, ਉਹਨਾਂ ਤੱਕ ਵੀ ਪਹੁੰਚ ਕੀਤੀ ਹੈ? ਮੈਂ ਕਰ ਰਿਹਾ ਕੋਸ਼ਿਸ਼, ਤਾਂ ਉਮੀਦ ਹੈ ਕਿ ਇਸ ਫਿਲਮ ਨੂੰ ਵੀ ਦੇਖਣਗੇ, ਕਿਉਂਕਿ ਮੈਨੂੰ ਯਾਦ ਆ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਮਾਲ ਦੇ ਸ਼ਬਦ ਜਿਹੜੇ ਸੀ ਕਰਤਾਰ ਸਿੰਘ ਸਰਾਭਾ ਹੋਣਾ ਬਾਰੇ ਕਹੇ, ਤੇ ਇੱਕ ਵਾਰੀ ਇਹ ਜਰਨਲਿਸਟਾਂ ਨੇ ਇੱਕ ਸਮਾਗਮ 'ਚ ਵੀ ਉਹਨਾਂ ਨੂੰ ਬੁਲਾਇਆ ਸੀ, ਕਹਿੰਦੇ ਇਹ ਜੇ ਪੱਤਰਕਾਰ ਸੀ ਤੇ ਕਰਤਾਰ ਸਿੰਘ ਸਰਾਭਾ ਸੀ, 19 ਸਾਲ ਦੀ ਉਮਰ 'ਚ ਉਹਨੇ ਸਾਰਾ ਕੁਛ ਹੀ ਕਰ ਲਿਆ, ਕਿਉਂਕਿ ਉਹ ਬੜੇ ਇੰਸਪਾਇਰ ਨੇ ਇਸ ਸ਼ਹੀਦੀ ਤੋਂ ਸਰਾਭਾ ਹੋਣਾ ਦੀ, ਸੋ ਉਹਨਾਂ ਤੱਕ ਪਹੁੰਚ ਕਰਨਾ ਲੱਗਦਾ ਨੇ ਵੀ ਹੋਰ ਤੁਹਾਨੂੰ ਫਾਇਦਾ ਹੋਊਗਾ, ਜਿਹੜਾ ਤੁਸੀਂ ਘਰ ਘਰ ਸਰਾਭਾ ਦਾ ਮੈਸੇਜ ਪਹੁੰਚਾਉਣਾ ਉਹਦਾ ਲਾਭ ਹੋਊਗਾ? ਬਿਲਕੁਲ, ਬਹੁਤ ਫਾਇਦਾ ਹੋਏਗਾ ਜੀ, ਅਗਰ ਉਹਨਾਂ ਨੂੰ ਚਾਹੀਦਾ ਵੀ ਹੈ, ਮੇਰਾ ਤਾਂ ਅਗਰ ਉਹ ਵੀਡੀਓ ਦੇਖਣ ਤੇ ਮੇਰੀ ਉਹਨਾਂ ਦੇ ਅੱਗੇ ਇੱਕ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਕਿ ਦੇਖਣ ਫਿਲਮ ਨੂੰ, ਜਿੱਥੇ ਕਿਤੇ ਕਹਿਣ ਸਕਰੀਨ ਅਸੀਂ ਸਕਰੀਨਿੰਗ ਕਰਾਂਗੇ ਉਹਨਾਂ ਵਾਸਤੇ, ਦੇਖਣ ਦੇ ਅੱਗੇ ਦੱਸਣ ਕਿ ਫਿਲਮ ਦੇਖਣ ਵਾਲੀ ਹੈ। ਮੈਂ ਤਾਂ ਕਹਿੰਦਾ ਕਿ ਬੱਚਿਆਂ ਨੂੰ ਕੰਪਲਸਰੀ ਕਰਨ, ਸਕੂਲਾਂ ਦੇ ਵਿੱਚ ਕੰਪਲਸਰੀ ਕਰ ਦਿੰਦੀ ਫਿਲਮ ਨੂੰ, ਅਤੇ ਕਿਉਂ ਇਹਦੇ ਕੁਛ ਸਿੱਖਣ ਨੂੰ ਬੜਾ ਕੁਛ ਮਿਲੇਗਾ, ਇੱਕ ਹਿਸਟਰੀ ਦਾ ਇੱਕ ਨਵਾਂਪਨ ਮਿਲੇਗਾ ਦੇਖਣ ਵਾਸਤੇ ਇਹਨਾਂ ਨੂੰ, ਅਤੇ ਬੱਚਿਆਂ ਵਾਸਤੇ ਇੰਸਪਾਇਰ ਹੋਣਗੇ। ਇੱਕ ਸਵਾਲ ਹੈ ਤੁਹਾਨੂੰ, ਸਵਾਲ ਤਾਂ ਹੈ ਵੀ ਤੁਸੀਂ ਬੜੀ ਨੀਝ ਨਾਲ ਸੋਚ ਕੇ ਫਿਲਮਾਂ ਬਣਾਉਂਦੇ ਜੇ, ਪੰਜਾਬ ਦਾ ਇੱਕ ਬਹੁਤ ਵੱਡਾ ਦਰਦ ਹੈ, ਦਰਦ ਇਹ ਹੈ ਵੀ ਇੱਕ ਵੇਲਾ ਸੀ ਪੰਜਾਬੀ ਪੰਜਾਬ ਲਈ ਮਰਨ ਮਿਲਣ ਤੱਕ ਜਿਹੜੇ ਸੀ ਉਹ ਤਤਪਰ ਰਹਿੰਦੇ ਸੀ, ਹੁਣ ਸਿਚੁਏਸ਼ਨ ਇੱਦਾਂ ਦੀ ਆ ਗਈ ਹੈ ਵੀ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਨੇ, ਖਾਸ ਕਰਕੇ ਬਜ਼ੁਰਗ, ਵੀ ਸਾਡੇ ਬੱਚੇ, ਸਾਡਾ ਪੁੱਤ, ਸਾਡੇ ਧੀ ਪੰਜਾਬ 'ਚ ਤਾਂ ਸਿਕਿਓਰ ਹੀ ਨਹੀਂ ਗੇ, ਜੇ ਪੰਜਾਬ 'ਚ ਰਹੇ ਤਾਂ ਇਹਨਾਂ ਦਾ ਫਿਊਚਰ ਹੀ ਨਹੀਂ ਗਾ, ਪਹਿਲਾਂ ਕਨੇਡਾ ਜਾਂ ਹੋਰ ਦੇਸ਼ਾਂ 'ਚ ਭੇਜਦੇ ਸੀ ਚੰਗੇ ਸਟੇਟਸ ਲਈ, ਹੁਣ ਤਾਂ ਡਰਦੇ ਹੀ ਭੇਜੀ ਜਾਂਦੇ। ਕੁਛ ਇਸ ਦਰਦ ਬਾਰੇ ਕਦੀ ਕਦੀ ਦਿਮਾਗ 'ਚ ਆਇਆ ਵੀ ਯਾਰ ਇਹਦੇ 'ਤੇ ਵੀ ਕਿਸੇ ਢੰਗ ਨਾਲ ਫਿਲਮ ਵਾਲੀ ਗੱਲ ਕੀਤੀ ਜਾਵੇ? ਹਾਂ, ਮੈਨੂੰ ਰੀਸੈਂਟਲੀ ਨਾ ਕਿਸੇ ਨੇ ਮੈਨੂੰ ਅਪਰੋਚ ਕੀਤਾ, ਮੇਰੇ ਨਾਲ ਗੱਲ ਕੀਤੀ ਹੈ ਇਸ ਇਸ਼ੂ 'ਤੇ, ਬਿਲਕੁਲ ਇਸ ਇਸ਼ੂ 'ਤੇ। ਉਹਨੇ ਇਹ ਵੀ ਕਿਹਾ ਕਿ CM ਸਾਹਿਬ ਵੀ ਚਾਹੁੰਦੇ ਨੇ ਇਸ ਦੀ ਫਿਲਮ ਬਣਨੀ ਚਾਹੀਦੀ ਹੈ, ਅਤੇ ਉਹ ਗੱਲਬਾਤ ਚੱਲ ਰਹੀ ਹੈ, ਮੈਂ ਹੈ ਬਹੁਤ ਇੰਟਰਸਟਿਡ ਇਸ, ਕਿਉਂ ਇਹਨੂੰ ਇੱਕ ਇਹ ਆਪਣੇ ਕਹਿੰਦੇ ਨੇ ਬ੍ਰੇਨ ਡਰੇਨ ਮਾਈਂਡ ਡਰੇਨ, ਹਰ ਤਰ੍ਹਾਂ ਦੀ ਡਰੇਨ ਹੋ ਰਹੀ ਸਾਡੀ ਪੰਜਾਬ ਦੀ। ਅਸੀਂ ਵੀ ਚਲੋ ਪੰਜਾਬ ਛੱਡ ਕੇ, ਮੈਂ ਛੋਟਾ ਜਿਹਾ ਸੀਗਾ ਜਦੋਂ 8 ਸਾਲ ਦੀ ਉਮਰ 'ਚ ਅਸੀਂ ਪੰਜਾਬ ਤੋਂ ਬਾਹਰ ਆ ਗਏ ਸੀਗੇ, ਇੰਗਲੈਂਡ, ਪਹਿਲਾਂ ਇੰਗਲੈਂਡ ਤੋਂ ਫਿਰ ਇੱਥੇ, ਅਤੇ ਪਰ ਉਹ ਪੰਜਾਬ ਦੇ ਨਾਲ ਜਿਹੜਾ ਉਹ ਦ ਲਵ ਫੋਰ ਦਾ ਲੈਂਡ ਉਹ ਹਾਲੇ ਵੀ ਹੈ, ਅਤੇ ਉਹ ਮੈਂ ਜਦੋਂ ਹੁਣ ਮੈਂ ਜਾਂਦਾ ਪੰਜਾਬ ਸ਼ੂਟ ਕਰਨ ਫਿਲਮ ਪਿੰਡਾਂ 'ਚ ਕਈ ਵਾਰੀ ਸ਼ੂਟ ਕਰਦਾ, ਅਤੇ ਮੈਂ ਦੇਖਦਾ ਆਲੇ ਦੁਆਲੇ ਪਿੰਡਾਂ ਦੇ, ਉਹ ਪਿੰਡ ਨਹੀਂ ਰਹੇ ਜਿਹੜੇ ਮੈਂ ਛੱਡ ਕੇ ਆਇਆ ਸੀ, ਉਸ ਤਰ੍ਹਾਂ ਦੇ ਜਵਾਨ ਕੁੜੀਆਂ ਮੁੰਡੇ ਨਹੀਂ ਦਿਸਦੇ, ਅਤੇ ਉਹ ਦਿਲ ਨੂੰ ਬੜਾ ਦਰਦ ਹੁੰਦਾ, ਬੜਾ ਦੁੱਖ ਹੁੰਦਾ ਕਿ ਯਾਰ ਮੇਰਾ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਜਵਾਨ ਮੁੰਡੇ, ਜਵਾਨ ਕੁੜੀਆਂ, ਬਜ਼ੁਰਗ ਵੀ ਇੰਨੇ ਤਗੜੇ ਚੌੜੀਆਂ, ਉਹ ਦਿਸ ਨਹੀਂ ਰਿਹਾ ਅੱਜ ਕੱਲ੍ਹ ਪੰਜਾਬ ਦੇ ਵਿੱਚ, ਉਹ ਤਾਂ ਬਾਹਰ ਹੀ ਦਿੰਦੇ ਦੱਸ, ਚਿੰਤਾ ਵਾਲੀ ਗੱਲ ਹੈ। ਹਾਂ, ਬੜੀ ਚਿੰਤਾ ਦੀ ਗੱਲ, ਅਤੇ ਮੈਨੂੰ ਬੜਾ ਦੁੱਖ ਹੁੰਦਾ ਇਸ ਚੀਜ਼। ਓਕੇ, ਇੱਕ ਤੁਸੀਂ ਕਿਉਂਕਿ ਸੀਨੀਅਰ, ਤੁਸੀਂ ਫਿਲਮ ਇੰਡਸਟਰੀ 'ਚ ਜੇ ਪੰਜਾਬੀ 'ਚ ਵੀ ਆਪਾਂ ਕਹਿ ਲਈਏ, ਵੈਸੇ ਤਾਂ ਤੁਸੀਂ ਬਹੁਤ ਉੱਪਰਲੇ ਪੱਧਰ 'ਤੇ ਕੰਮ ਕੀਤਾ, ਤੁਹਾਨੂੰ ਇਸ ਇੰਡਸਟਰੀ 'ਚ ਇੱਕ ਤਾਂ ਮੈਂ ਪਹਿਲਾਂ ਸਵਾਲ ਕੀਤਾ ਜਾਂ ਫਿਊਚਰ ਕੀ ਲੱਗਦਾ, ਜਾਂ ਇਸ ਇੰਡਸਟਰੀ 'ਚ ਕਿਹੜੇ ਤੁਹਾਨੂੰ ਲੱਗਦੇ ਨੇ ਉਹ ਡਾਇਰੈਕਟਰ, ਉਹ ਕਰੈਕਟਰ ਆਰਟਿਸਟ ਜਿਹੜੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬੀ ਫਿਲਮ ਨੂੰ ਹੋਰ ਉਚਾਈਆਂ 'ਤੇ ਲਿਜਾ ਸਕਦੇ ਆ? ਇਹ ਤਾਂ ਜੀ ਐਕਟਰ, ਅੱਜ ਜ਼ਿਆਦਾ ਸਾਡੇ ਐਕਟਰ ਹੀ ਕੰਟਰੋਲ ਕਰਦੇ ਨੇ ਇਸ ਇੰਡਸਟਰੀ ਨੂੰ, ਸਿੰਗਰ ਐਕਟਰ, ਹਾਂਜੀ ਹਾਂ, ਉਹ ਉਹਨਾਂ ਦੀ ਚੱਲਦੀਆਂ ਹੁੰਦੀਆਂ ਨੇ ਫਿਲਮਾਂ, ਉਹ ਹੀ ਕੰਟਰੋਲ ਕਰਦੇ ਨੇ ਬੇਸਿਕਲੀ, ਉਹ ਮੈਂ ਨਾਂ ਨਹੀਂ ਲਵਾਂਗਾ ਕਿ ਉਹਨਾਂ ਨੂੰ ਚਾਹੀਦਾ ਹੈ ਕੋਈ ਉਹ ਕੁਛ, ਠੀਕ ਹੈ ਕਮਰਸ਼ੀਅਲ ਵੀ ਹੋਣਾ ਚਾਹੀਦਾ, ਪੈਸੇ ਬਣਾਉਣ ਆਪਣੇ ਕੋਈ 'ਚ ਕੋਈ ਮਾੜਾ ਕੰਮ ਨਹੀਂ ਹੈ, ਪਰ ਇੰਡਸਟਰੀ ਦੇ ਬਾਰੇ ਵੀ ਸੋਚਣ ਕਿ ਅਸੀਂ, ਸਾਨੂੰ ਅਗਰ ਇੰਡਸਟਰੀ ਇਸ ਲੈਵਲ 'ਤੇ ਆ ਕੇ ਬੈਕਰ ਆਈ ਆ, ਅਸੀਂ ਇਹਨੂੰ ਕੀ ਦੇਣਾ ਵਾਪਸ? ਇਹ ਸਵਾਲ ਹੈ ਬਹੁਤ, ਹਾਂਜੀ ਹਾਂ, ਕਿਉਂਕਿ ਯੂ ਮਸਟ ਗਿਵ ਬੈਕ। ਇੱਥੇ ਦੇਖੋ ਨਾ, ਇਹ ਅਮਰੀਕਾ ਦੇ ਵਿੱਚ, ਕੈਨੇਡਾ 'ਚ ਬੜੀ ਬੜੀਆਂ ਟ੍ਰੈਡੀਸ਼ਨਸ ਨੇ, ਕੋਈ ਕਿਸੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਕੇ ਜਾਂਦਾ, ਉਹ ਬਹੁਤ ਬੜਾ ਅਮੀਰ ਆਦਮੀ ਬਣ ਜਾਂਦਾ, ਪੈਸੇ ਬੜੇ ਬਣਾਉਂਦਾ, ਕੋਈ ਸਟੇਟਸਮੈਨ ਬਣ ਜਾਂਦਾ, ਪੋਲੀਟੀਸ਼ਨ ਬਣ ਜਾਂਦਾ, ਅਮਰੀਕਾ ਦਾ ਪ੍ਰੈਜੀਡੈਂਟ, ਕੈਨੇਡਾ ਦਾ ਪ੍ਰੀਮੀਅਰ ਬਣ ਜਾਂਦਾ, ਉਹ ਹਮੇਸ਼ਾ ਆਪਣੀ ਯੂਨੀਵਰਸਿਟੀ ਨੂੰ ਦਿੰਦੇ ਨੇ ਕੁਛ ਨਾ ਕੁਛ ਵਾਪਸ, ਕੋਈ ਗ੍ਰੈਂਟ ਦਿੰਦੇ ਨੇ, ਕੋਈ ਬਿਲਡਿੰਗ ਬਣਾ ਦਿੰਦੇ ਨੇ ਆਪਣੇ ਨਾਂ ਦੀ, ਕੁਛ ਕੁਛ ਆਪਣੇ 'ਚ ਇਸ ਚੀਜ਼ ਹੈ ਨਹੀਂ, ਅਸੀਂ ਆਪਣੀ ਜਿਹੜੀ ਇੰਡਸਟਰੀ ਆ ਜਿੱਥੋਂ ਅਸੀਂ ਕੁਛ ਬਣਦੇ ਹਾਂ, ਕੁਛ ਲੈਂਦੇ ਹਾਂ, ਉਹ ਅਸੀਂ ਵਾਪਸ ਨਹੀਂ ਕਰਦੇ ਉਹਨੂੰ, ਕੁਛ ਵੀ ਪੇ ਕਰਨਾ ਸਾਡੇ ਮਨ 'ਚ ਨਹੀਂ। ਕਵਰਾਜ, ਤੁਸੀਂ ਇਹ ਬਹੁਤ ਵੱਡਾ ਸਵਾਲ ਉਠਾਇਆ, ਪਰ ਤੁਸੀਂ ਬਹੁਤ ਸੌਫਟ ਢੰਗ ਨਾਲ ਇਹ ਗੱਲ ਕਹੀ ਹੈ। ਮੈਂ ਕਈ ਡਿਬੇਟਸ ਕੀਤੀਆਂ, ਉਹਦੇ 'ਚ ਪੰਜਾਬੀ ਫਿਲਮਾਂ ਦੇ ਐਕਟਰ ਵੀ ਸੀ ਜਾਂ ਗਾਇਕ ਸੀ, ਉਹ ਇੱਕ ਉਲਾਂਭਾ ਦਿੰਦੇ ਨੇ, ਇੱਕ ਉਂਗਲ ਵੀ ਖੜੀ ਕਰਦੇ ਆ ਕੁਛ ਪ੍ਰੋਡਿਊਸਰ ਅੱਗੇ, ਪੰਜਾਬੀ ਦੇ ਪ੍ਰੋਡਿਊਸਰ ਅੱਗੇ, ਵੀ ਉਹਨਾਂ ਨੇ ਗਲਬਾ ਕਾਇਮ ਕਰ ਲਿਆ,
ਉਹੀ ਕੈਰੈਕਟਰ ਰੱਖਦੇ ਨੇ, ਉਹੀ ਐਕਟਰ ਜਿਹੜੇ ਨੇ ਉਹਨਾਂ ਨੂੰ ਵਾਰ ਵਾਰ ਫਿਲਮਾਂ 'ਚ ਲੈਂਦੇ ਨੇ ਅਤੇ ਹੋਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਕੀ ਇੱਦਾਂ ਦਾ ਆਹ ਜਿਹੜਾ ਸਿਸਟਮ ਚੱਲ ਰਿਹਾ ਪੰਜਾਬੀ ਫਿਲਮ ਇੰਡਸਟਰੀ? ਹੈ ਜੀ, ਉਹੀ ਗਿਣਤੀ ਦੇ ਐਕਟਰਸ ਮੁੜ ਮੁੜ ਕੇ ਆ ਰਹੇ ਨੇ ਹਰੇਕ ਫਿਲਮ ਦੇ ਵਿੱਚ, ਠੀਕ ਹੈ, ਉਹਨਾਂ ਦਾ ਚੱਲ ਰਿਹਾ ਅਤੇ ਕਰਨਾ ਵੀ ਚਾਹੀਦਾ, ਪਰ ਇੰਡਸਟਰੀ ਗਰੋ ਨਹੀਂ ਕਰੇਗੀ ਜਿੰਨਾ ਚਿਰ ਅਸੀਂ ਹੋਰ ਨਵੇਂ ਐਕਟਰਸ ਨਾ ਪੈਦਾ ਕਰੀਏ, ਨਵੇਂ ਕੈਰੈਕਟਰ ਐਕਟਰ, ਸਟਾਰ ਐਕਟਰ, ਜਿਸ ਤਰ੍ਹਾਂ ਕਿਸੇ ਵੀ ਲੈਵਲ 'ਤੇ ਨਵੇਂ ਸਿੰਗਰਸ, ਨਵੇਂ ਡਾਇਰੈਕਟਰਸ ਨੂੰ ਚਾਂਸ ਨਾ ਦੇਈਏ। ਉਹ ਇੰਡਸਟਰੀ ਦਾ ਗਰੋਥ ਉਦੋਂ ਆਉਂਦਾ ਆ, ਅਤੇ ਪੰਜਾਬੀ ਇੰਡਸਟਰੀ ਹੋਣੀ ਵੀ ਚਾਹੀਦੀ ਗਰੋ। ਪੰਜਾਬੀ ਇੰਡਸਟਰੀ ਬਹੁਤ ਬੜੀ ਇੰਡਸਟਰੀ ਬਣ ਸਕਦੀ ਹੈ, ਅਤੇ ਜਿੰਨਾ ਚਿਰ ਅਸੀਂ ਉਹ ਨਾ ਕਰਾਂਗੇ ਨਾ, ਉਹਨਾਂ ਅਸੀਂ ਉੱਥੇ ਹੀ ਰਹਿ ਜਾਵਾਂਗੇ। ਅਸੀਂ ਇਹ ਨਹੀਂ ਕਹਿ ਸਕਦੇ ਇਕੱਲੇ ਪ੍ਰੋਡਿਊਸਰਾਂ ਦੀ ਗਲਤੀ ਇਹਦੇ ਵਿੱਚ। ਚਲੋ ਪ੍ਰੋਡਿਊਸਰ ਜਿਹੜਾ ਬੰਦਾ ਪੈਸੇ ਲਾਉਂਦਾ ਸੋਚਦਾ ਕਿ ਮੇਰੇ ਪੈਸੇ ਵਾਪਸ ਕਿੱਦਾਂ ਆਉਣਗੇ, ਮੈਂ ਇਹ 'ਚੋਂ ਪ੍ਰੋਫਿਟ ਕਿੱਦਾਂ ਬਣਾਵਾਂਗਾ, ਮੈਂ ਉਸ ਤਰ੍ਹਾਂ ਦੀ ਫਿਲਮ ਬਣਾਵਾਂ ਜਿਹੜੀ ਚੱਲੇ। ਪਰ ਇੱਕ ਲੈਵਲ ਤੱਕ ਨਾ ਐਕਟਰਸ ਦੀ ਵੀ ਰਿਸਪੋਂਸੀਬਿਲਟੀ ਹੈਗੀ ਹੈ। ਮੈਂ ਆਪਣਾ ਮਾੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਮੈਂ ਹਾਲੀਵੁੱਡ 'ਚ ਕੰਮ ਕੀਤਾ ਐਜ਼ ਐਨ ਐਕਟਰ। ਇੱਕ ਮੇਰੀ ਲਾਈਫ 'ਚ, ਮੇਰੇ ਕਰੀਅਰ 'ਚ ਇੱਕ ਇੱਦਾਂ ਦਾ ਟਾਈਮ ਆ ਗਿਆ ਸੀ ਕਿ ਮੈਨੂੰ ਰੋਲ ਉਹੀ ਮਿਲਦੇ ਸੀ ਮੁੜ ਮੁੜ ਕੇ, ਟੈਰਰਿਸਟ ਦੇ, ਟੈਕਸੀ ਡਰਾਈਵਰ ਦੇ ਦਿੰਦੇ। ਮੈਂ ਬੜੇ ਮੇਜਰ ਫਿਲਮਾਂ ਕੀ, ਮੈਂ 12 ਫਿਲਮਾਂ ਐਜ਼ ਅ ਸਟਾਰ ਕੀਤੀਆਂ ਨੇ ਹਾਲੀਵੁੱਡ 'ਚ, ਉਹ ਇੱਕ ਦੋ ਫਿਲਮਾਂ ਨਹੀਂ ਚੱਲੀਆਂ। ਮੈਂ ਇੰਡਸਟਰੀ ਛੱਡ ਗਿਆ ਸੀ ਕੁਝ ਸਾਲਾਂ ਵਾਸਤੇ ਜੀ, ਮੈਂ ਐਕਟਿੰਗ ਕਰਨੀ ਬੰਦ ਕਰਤੀ ਸੀ ਕਿ ਮੈਨੂੰ ਸਵਾਦ ਨਹੀਂ ਆ ਰਿਹਾ ਸੀ, ਮੈਨੂੰ ਮਜ਼ਾ ਨਹੀਂ ਆ ਰਿਹਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਇੱਦਾਂ ਦੇ ਰੋਲ, ਮੈਂ ਕਹਿੰਦਾ ਕਿ ਖਰਾ ਕੰਮ ਕਰਾਂ, ਕੁਆਲਿਟੀ ਦਾ ਕੰਮ ਕਰਾਂ। ਮੈਂ ਉਹਨਾਂ ਚਿਰ, ਹੁਣ ਵੀ ਮੈਂ ਕਰਦਾ ਐਕਟਿੰਗ, ਉਹਨਾਂ ਚਿਰ ਜਿਹਨੂੰ ਕੋਈ ਕੁਆਲਿਟੀ ਜਾਂ ਰੋਲ, ਅੱਛਾ ਰੋਲ ਨਾ ਮਿਲੇ, ਮੈਂ ਕਰਦਾ ਨਹੀਂ। ਵੱਡੀ ਗੱਲ, ਹਾਂਜੀ, ਮੈਂ ਕਹਿੰਦਾ ਕੋਈ, ਚਲੋ ਰੱਬ ਦੇ ਜਾਂਦਾ ਚੱਲੀ ਜਾਂਦਾ। ਕਵੀ ਰਾਜ ਜੀ ਨੂੰ ਕੋਈ ਹੋਰ ਵੀ ਸ਼ਹੀਦ ਦਿਸ ਰਿਹਾ ਜਿਹੜਾ ਅੰਗੋਲਿਆ ਪਿਆ, ਜਿਹਨੂੰ ਤੁਸੀਂ ਫਿਲਮ ਰਾਹੀਂ ਲੋਕਾਂ ਕੋਲ ਪਹੁੰਚਾਉਣਾ ਚਾਹੁੰਦੇ? ਇੱਕ ਬਹੁਤ ਤਕੜਾ ਸ਼ਹੀਦ ਹੋਇਆ ਜੀ ਆਪਣਾ ਪੰਜਾਬ ਦਾ, ਉਹਨੂੰ ਵੀ ਬੜਾ ਮਲਾਇਨ ਕੀਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਉਹਦੇ ਬਾਰੇ ਕੀ ਸੋਚਦੇ ਕਿ ਨਹੀਂ ਇਹਨੇ ਇੰਡ 'ਤੇ ਗਲਤ ਕੀਤਾ, ਮਦਨ ਲਾਲ ਟੀਂਗਰਾ। ਹਾਂਜੀ, ਜਿਹੜਾ ਕਿ ਐਕਚੁਲੀ ਸਾਡਾ ਫਸਟ ਸ਼ਹੀਦ ਹੋਇਆ ਪੰਜਾਬ, ਉਹਨੇ ਇੰਗਲੈਂਡ 'ਚ ਆ ਕੇ ਗੋਲੀ ਮਾਰ ਕੇ ਦੋ ਬੰਦੇ ਮਾਰੇ ਸੀ। ਬਹੁਤ ਤਕੜੀ ਕਹਾਣੀ ਹੈ, ਬਹੁਤ ਅਮੀਰ ਫੈਮਿਲੀ ਤੋਂ ਸੀ ਉਹ, ਐਡਵੋਕੇਟ ਸੀ ਉਹਦੇ, ਸਾਰਾ ਫਾਦਰ, ਉਹਦੇ ਬ੍ਰਦਰ ਸਾਰੇ, ਤੋ ਆਪ ਸਭ ਕੁਛ ਛੱਡ ਕੇ ਆ ਗਏ ਸੀ, ਕਹਿੰਦਾ ਬਦਲਾ ਲੈਣਾ। ਤੇ ਤੁਸੀਂ ਸੋਚ ਲੈਣਾ ਉਹਦੇ ਬਾਰੇ ਵੀ, ਚਲੋ ਬਾਕੀ ਗੱਲ ਚੱਲਦੀ ਹੈ। ਹਾਂਜੀ ਹਾਂ, ਮੈਨੂੰ ਬਹੁਤ ਇੰਟਰਸਟ ਉਹਦੀ ਉੱਥੇ ਫਿਲਮ ਬਣਾਉਣ ਦਾ। ਪੰਜਾਬੀ ਫਿਲਮ ਬਣਾਉਣ ਲਈ ਵਿੱਤੀ ਤੌਰ 'ਤੇ ਕਿੰਨੀਆਂ ਕੁ ਮੁਸ਼ਕਲਾਂ ਆ ਰਹੀਆਂ? ਫਾਈਨੈਂਸਿੰਗ ਦਾ ਸਭ ਨੂੰ ਬੜਾ ਪ੍ਰੋਬਲਮ ਹੁੰਦਾ ਜੀ, ਹੋਈ ਐਗਜ਼ਾਮਪਲ ਦੇਣਾ ਪੈਂਦਾ ਕਿ ਪਹਿਲੀ ਫਿਲਮ ਨੇ ਕਿੰਨੇ ਪੈਸੇ ਬਣਾਏ ਕੀ, ਅਤੇ ਉਹ ਸਭ ਨੂੰ ਬੜਾ ਪ੍ਰੋਬਲਮ ਤਾਂ ਇਹੀ ਆ ਕਿ ਇਹਨੂੰ ਫਿਲਮ ਨੂੰ ਫਾਈਨੈਂਸ ਕਿਸ ਤਰ੍ਹਾਂ ਕਰਨਾ ਹੈ, ਅਤੇ ਬਾਕੀ ਤਾਂ ਮੁਸ਼ਕਲਾਂ ਕੋਈ ਖਾਸ ਇੰਨੀਆਂ ਨਹੀਂ ਆਉਂਦੀਆਂ, ਇਹੋ ਹੀ ਸਭ ਨੂੰ ਬੜੀ ਮੁਸ਼ਕਲ ਆਉਂਦੀ ਹੈ। ਅਤੇ ਬਾਕੀ ਤਾਂ ਇੰਡੀਆ ਵੀ ਬੜੀ ਅੱਛੀ ਟੀਮ ਹੈਗੀ ਪ੍ਰੋਡਕਸ਼ਨ ਵਾਸਤੇ, ਇੱਥੇ ਵੀ USA ਵੀ, ਕੈਨੇਡਾ ਵੀ, ਇੰਗਲੈਂਡ ਵੀ। ਅਤੇ ਇੱਕ ਸੀਐਮ ਭਗਵੰਤ ਮਾਨ ਹੁਣਾਂ ਨੇ ਐਲਾਨ ਕੀਤਾ ਅਤੇ ਕਾਫੀ ਕੰਮ ਵੀ ਕਰ ਰਹੇ ਨੇ ਫਿਲਮ ਸਿਟੀ ਪੰਜਾਬ 'ਚ ਬਣਾਉਣ ਦਾ। ਫਿਲਮ ਸਿਟੀ ਬਣਨ ਨਾਲ ਕਿੰਨਾ ਕੁ ਲਾਭ ਹੋਊਗਾ ਪੰਜਾਬੀ ਫਿਲਮ ਇੰਡਸਟਰੀ? ਬਹੁਤ ਜ਼ਿਆਦਾ ਜੀ, ਇੱਕ ਉਹਦੇ ਨਾਲ ਇੱਕ ਜਗ੍ਹਾ ਕੰਟੇਨ ਹੋ ਜਾਏਗੀ ਸਾਡੀ ਇੰਡਸਟਰੀ, ਹੁਣ ਖਿਲਰੀ ਪਈ ਕਿਉਂਕਿ ਕਿਸੇ ਪਿੰਡ ਜਾ ਕੇ ਸ਼ੂਟ ਕਰਦੇ, ਬਣਾਉਣਾ ਸੌਖਾ ਹੋ ਜਾਊਗਾ, ਸਸਤੀ ਵੀ ਬਣੇਗੀ, ਸਸਤੀ ਵੀ ਬਣੇਗੀ। ਹਾਂਜੀ, ਸੈਟਸ ਮਿਲ ਜਾਣਗੇ ਉੱਥੇ, ਬਣੇ ਬਣਾਏ ਸੈੱਟ ਹੋਣਗੇ, ਅਤੇ ਇੱਕ ਉਹ ਜਿਹੜੇ ਟੈਕਨੀਸ਼ੀਅਨਸ ਵਾਸਤੇ, ਇਕੁਇਪਮੈਂਟ ਵਾਸਤੇ, ਉਹ ਇੱਕ ਜਗ੍ਹਾ ਹੋਏਗਾ ਸਾਰਾ ਕੁਛ। ਜਿਸ ਤਰ੍ਹਾਂ ਮੁੰਬਈ ਵਿੱਚ ਇੰਡਸਟਰੀਜ਼ ਨੇ, ਜਿੱਦਾਂ ਇੱਥੇ ਹਾਲੀਵੁੱਡ 'ਚ ਸਟੂਡੀਓਜ਼ ਨੇ, ਤੁਸੀਂ ਸਟੂਡੀਓ ਦੇ ਅੰਦਰ ਜਾਓ, ਤੁਹਾਨੂੰ ਸਭ ਕੁਛ ਮਿਲ ਜਾਂਦਾ ਉੱਥੇ, ਉਹਨਾਂ ਬੜਾ ਬੜਾ ਲਾਭ ਹੋਇਆ, ਬੜਾ ਫਾਇਦਾ ਹੋਇਆ। ਕਵੀ ਰਾਜ ਜੀ, ਇੱਕ ਆਮ ਕਿਹਾ ਜਾਂਦਾ ਵੀ ਪੰਜਾਬੀ ਫਿਲਮਾਂ ਦੀ ਟੇਕ ਹੁਣ ਜਿਹੜੇ ਪ੍ਰਵਾਸੀ ਪੰਜਾਬੀ ਖਾਸ ਕਰਕੇ ਵਿਦੇਸ਼ਾਂ 'ਚ ਵੱਸਦੇ ਨੇ, NRI ਨੇ, ਉਹਨਾਂ 'ਤੇ ਟਿਕਦੀ ਹੈ, ਕਿਉਂਕਿ ਪੰਜਾਬੀ ਫਿਲਮਾਂ ਜੇ ਪੰਜਾਬ 'ਚ ਘੱਟ ਚੱਲੇ ਤਾਂ NRI ਜਿਹੜੇ ਨੇ ਉਹ ਬੱਲੇ ਬੱਲੇ ਕਰਾ ਦਿੰਦੇ ਨੇ, ਇਹ ਸੱਚਾਈ ਹੈ? ਜਿਸ ਤਰ੍ਹਾਂ ਕੈਨੇਡਾ ਦੀ ਇੰਡਸਟਰੀ ਬਹੁਤ ਵੱਡੀ ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਵੀ, USA ਵੀ ਕਾਫੀ ਗਰੋ, US ਦਾ ਇੱਕ ਪ੍ਰੋਬਲਮ ਹੈ ਕਿ USA ਬਹੁਤ ਬੜਾ ਜੀ ਮੁਲਕ ਹੈ, ਜਗ੍ਹਾ ਕੋਈ ਇੱਕ ਜਗ੍ਹਾ ਨਹੀਂ ਆਪਣੇ ਲੋਕ ਜਗ੍ਹਾ ਜਾ ਰਹੇ, ਕੋਈ ਟੈਕਸਿਸ ਆ, ਕੋਈ ਕੈਲੀਫੋਰਨੀਆ, ਕੋਈ ਈਸਟ ਕੋਸਟ ਆ, ਕੋਈ ਇੰਡੀਆਨਾ, ਕਿਸੇ ਉਹਨੂੰ ਰੀਚ ਕਰਨਾ ਬੜਾ ਔਖਾ ਜਾਂਦਾ ਥੋੜ੍ਹਾ ਜਿਹਾ, ਪਰ ਉੱਥੇ ਵੀ ਕਾਫੀ ਇੰਡਸਟਰੀ ਆਪਣੀ ਗਰੋ ਹੋ ਰਹੀ, ਆਪਣੀਆਂ ਫਿਲਮਾਂ ਗਰੋ ਹੋ ਰਹੀਆਂ ਨੇ, ਉੱਥੇ 35-40-50 ਸਿਨੇਮੇ 'ਚ ਲੱਗਦੀਆਂ ਨੇ ਅੱਜ ਕੱਲ੍ਹ, ਇਹ ਕੈਨੇਡਾ ਦਾ ਨੰਬਰ 1 ਆ। ਹਾਂਜੀ ਹਾਂ, ਇਹਦਾ ਇਹ ਹੋ ਜਾਂਦਾ ਕਿ ਜਦੋਂ ਇੱਧਰ ਬਾਹਰ ਫਿਲਮ ਚੱਲਣ ਲੱਗ ਪਈ ਨਾ, ਉਹਦਾ ਰੌਲਾ ਪੈ ਜਾਂਦਾ ਹਮੇਸ਼ਾ ਹਰ ਜਗ੍ਹਾ ਹੀ, ਪੰਜਾਬ ਤੱਕ ਪਹੁੰਚ ਜਾਂਦੀ, ਹਾਂ ਕਿ ਫਿਲਮ ਬਹੁਤ ਵਧੀਆ ਜੇ ਆ, ਉਹਨਾਂ ਦਾ ਵੀ ਉਹਦਾ ਵੀ ਫਾਇਦਾ ਹੋ ਜਾਂਦਾ ਜੀ। ਇਹ ਇੱਕ ਵਧੀਆ ਅੱਛਾ ਵੀ ਹੈ ਵੈਸੇ ਤਾਂ, ਕਿ ਜਿਹੜੇ ਕਿ ਬਾਹਰ ਲੋਕ ਰਹਿੰਦੇ, ਆਪਣੇ ਆਪ ਨੂੰ, ਆਪਣੇ ਪੰਜਾਬ ਨੂੰ ਅਸੀਂ ਭੁੱਲੇ ਨਹੀਂ, ਆਪਣੇ ਕਲਚਰ ਨੂੰ ਭੁੱਲਦੇ, ਫਿਰ ਵੀ ਦੇਖ ਰਹੇ, ਜਿਸ ਤਰ੍ਹਾਂ ਦੀਆਂ ਫਿਲਮਾਂ ਦੇਖ ਰਹੇ ਸੀ, ਜਾਂਦੇ ਹਾਂ ਦੇਖਣ, ਐਟਲੀਸਟ ਸਪੋਰਟ ਤਾਂ ਕਰ ਰਹੇ ਉਸ ਇੰਡਸਟਰੀ। ਅਤੇ ਤੁਸੀਂ ਸਰਾਭਾ ਫਿਲਮ ਲਈ ਐਫਰਟਸ ਕਰ ਰਹੇ ਜੇ ਵੀ ਮੈਸੇਜ ਦਈਏ ਵੀ ਸਾਰੇ ਦੇਖਣ, ਉਹਦੇ ਲਈ ਕਿੱਦਾਂ ਦਾ ਤੁਸੀਂ ਕੰਪੇਨ ਚਲਾਇਆ? ਅਸੀਂ ਇੱਕ ਤਾਂ ਜਿਹੜਾ ਆਮ ਜਿਹੜਾ ਟ੍ਰੈਡੀਸ਼ਨਲ ਜਿਹਨੂੰ ਕਹਿੰਦੇ ਹਾਂ, TV ਰੇਡੀਓ 'ਤੇ ਐਡਸ ਆ ਰਹੀਆਂ ਨੇ, ਗਾਣੇ ਚੱਲ ਰਹੇ ਨੇ ਫਿਲਮ ਦੇ, ਹੋਰ ਪ੍ਰਮੋਸ਼ਨਲ ਇੰਟਰਵਿਊਜ਼ ਐਰਾ ਵਗੈਰਾ ਹੋ ਰਹੇ, ਉਹ ਥਰੂ ਆਊਟ US, ਕੈਨੇਡਾ, ਇੰਡੀਆ ਵੀ ਕਰਾਂਗੇ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਦੇ ਵਿੱਚ। ਅਤੇ ਅਸੀਂ ਖੂਬ ਗਰਾਸ ਰੂਟਸ ਜਿਹਨੂੰ ਕਹਿੰਦੇ ਨਾ, ਗਰਾਊਂਡ ਲੈਵਲ 'ਤੇ ਉਹ ਬੜਾ ਕਰ ਰਹੇ ਹਾਂ, ਆਪਣੇ ਵੈਨਕੂਵਰ ਤੋਂ ਅੰਮ੍ਰਿਤ
ਜਿਹੜੇ ਇੱਕ ਨਾਂ ਸਾਡੇ ਲੱਗੇ ਨੇ ਇਸ ਫਿਲਮ ਦੇ ਉੱਤੇ ਹੁਣ ਐਜ਼ ਅ ਪ੍ਰੋਡਿਊਸਰ ਅਮਰਪਾਲ ਸਿੰਘ ਨੂੰ ਤੁਸੀਂ ਇਸ ਲਈ ਨਾਲ ਜੋੜਿਆ ਵੀ ਉਹ ਪਿੰਡ ਸਰਾਭਾ ਨਾਲ ਸੰਬੰਧਿਤ ਹੈ ਨਹੀਂ ਇਹ ਹਾਂ ਇੱਕ ਲੈਵਲ ਦੇ ਹਾਂਜੀ ਉਹ ਨਾਲ ਇਸ ਕਰਕੇ ਜੁੜੇ ਨੇ ਕਿ ਉਹਨਾਂ ਨੂੰ ਉਹਨੇ 'ਚ ਉਹੀ ਸਰਾਭੇ ਵਾਸਤੇ ਪੈਸ਼ਨ ਆ ਕਰਤਾਰ ਸਿੰਘ ਸਾਹਿਬ ਵਾਸਤੇ ਜਿਹੜੀ ਮਿਰਚ ਆ ਉਹ ਜਦੋਂ ਮੇਰੇ ਨਾਲ ਪਹਿਲੀ ਵਾਰੀ ਅਸੀਂ ਗੱਲ ਕੀਤੀ ਨਾ ਫੋਨ 'ਤੇ ਮੈਨੂੰ ਉਹ ਸੁਣਾਈ ਦਿੱਤੀ ਉਹਦੀ ਉਹਨਾਂ ਦੀ ਆਵਾਜ਼ 'ਚ ਉਹ ਦੁੱਖ ਉਹਨਾਂ ਦੇ ਆਵਾਜ਼ ਆਈ ਹਾਂਜੀ ਹਾਂ ਉਸ ਕਰਕੇ ਮੈਨੂੰ ਨਾ ਕਈ ਫੋਨ ਆਏ ਨੇ ਮੈਂ ਜਦੋਂ ਫਿਲਮ ਦਾ ਪਹਿਲਾ ਅਸੀਂ ਰਿਲੀਜ਼ ਇਹਦਾ ਪੋਸਟਰ ਕੱਢਿਆ ਸੀ ਅਸੀਂ ਕਿ ਰਿਲੀਜ਼ ਕਰ ਰਹੇ ਨਵੰਬਰ 7 ਨੂੰ ਜਗ੍ਹਾ ਜਗ੍ਹਾ ਤੋਂ ਮੈਨੂੰ ਫੋਨ ਆਏ ਕਿ ਲੋਕਾਂ ਦੇ ਅਤੇ ਪਰ ਇਹਨਾਂ ਨਾਲ ਜਿਹੜਾ ਉਹ ਇੱਕ ਮੇਰੀ ਫੋਨ ਕਨਵਰਸੇਸ਼ਨ ਹੋਈ ਨਾ 5-7 ਮਿੰਟ ਪਹਿਲਾਂ ਉਹਦੇ ਵਿੱਚ ਉਹਨੂੰ ਲੱਗਾ ਕਿ ਨਹੀਂ ਇਹ ਕੁਛ ਇਹ ਸਪੈਸ਼ਲ ਇਨਸਾਨ ਹੈ ਇਹ ਮੇਰੇ ਵਾਂਗੂ ਸੋਚਦਾ ਸੋ ਕਿੰਨੀ ਕੁ ਆਸ ਹੈ ਤੁਹਾਨੂੰ ਹਾਂਜੀ ਕਿੰਨੀ ਕੁ ਆਸ ਹੈ ਫਿਲਮ ਬਾਰੇ ਆਸ ਕਿੰਨੀ ਹੈ ਆਸ ਤਾਂ ਬਹੁਤ ਹੈ ਆਸ ਤਾਂ ਬਹੁਤ ਹੈ ਬਾਕੀ ਤਾਂ ਵਾਹਿਗੁਰੂ ਦੇ ਹੱਥਾਂ 'ਚ ਆ ਇਹ ਆਸ ਬਹੁਤ ਹੈ ਸੋ ਮਿਹਰਬਾਨੀ ਸੋ ਕਵੀ ਰਾਜ ਹੋਣਾ ਨੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫਿਲਮ ਬਣਾਈ ਹੈ ਪਰ ਉਹ ਕਹਿੰਦੇ ਮੈਨੂੰ ਆਸ ਬਹੁਤ ਹੈ ਵੀ ਸਰਾਭਾ ਦੀ ਕੁਰਬਾਨੀ ਦੀ ਗਾਥਾ ਜਿਹੜੀ ਘਰ ਘਰ ਗੂੰਜੇ ਆਸ ਕਰਦੇ ਹਾਂ ਵੀ ਉਹਨਾਂ ਦੀ ਆਸ ਜ਼ਰੂਰ ਪੂਰੀ ਹੋਊਗੀ